ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਅਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ। ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ, ਬਹੁਤ ਧੰਨਵਾਦ ਭਾਸਕਰ ਸਾਹਿਬ। ਭਾਸਕਰ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਂਗਰਸੀ ਭਾਰੀ ਪੈ ਗਏ, ਉਹ ਕਾਂਗਰਸੀ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ 'ਚ ਆਏ ਸੀ। ਤਿੰਨ ਟਿਕਟਾਂ ਦਿੱਤੀਆਂ ਗਈਆਂ ਨੇ, ਫਿਰ ਕਾਂਗਰਸ 'ਚੋਂ ਬਾਹਰੋਂ ਆਏ ਲੀਡਰ, ਬੀਜੇਪੀ 'ਚ ਬਾਹਰੋਂ ਆਏ ਲੀਡਰ ਹਾਵੀ ਹੋ ਗਏ ਅਤੇ ਟਕਸਾਲੀ ਭਾਜਪਾਈਆਂ ਦੇ ਵਿੱਚ ਸੋਗ ਦਾ ਮਾਹੌਲ ਹੈ। ਉਹ ਦੱਸ ਤਾਂ ਨਹੀਂ ਪਾ ਰਹੇ ਪਰ ਬੀਜੇਪੀ ਦਾ ਕਾਂਗਰਸੀਕਰਨ, ਬੀਜੇਪੀ ਦੇ ਕਈ ਲੀਡਰਾਂ ਨੂੰ ਰਾਸ ਨਹੀਂ ਆ ਰਿਹਾ। ਇਹ ਇੱਕ ਬਹੁਤ ਵੱਡਾ ਫੈਕਟਰ ਹੈ ਪੰਜਾਬ ਦੀਆਂ ਚੋਣਾਂ ਦੇ ਵਿੱਚ। ਇਹਦਾ ਕੱਪੜ ਛਾਣ ਅੱਜ ਤੁਸੀਂ ਕਰਨਾ, ਅੱਜ ਬਰਫ਼ ਦੀ ਸਿੱਲੀ ਤੋਂ ਬੋਰੀ ਚੱਕ ਦਿਓ। ਇਹਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡੀਓ, ਆਮ ਆਦਮੀ ਪਾਰਟੀ ਨੇ ਆਪਣੀ ਭਗਵੰਤ ਮਾਨ ਦੀ ਵੀਡੀਓ 'ਚ ਵਰਤ ਲਈ, ਇਹਦਾ ਬੜਾ ਸਿਆਸੀ ਤੌਰ 'ਤੇ ਰੌਲਾ ਪਿਆ ਜੀ। ਕਈ ਕਾਂਗਰਸੀ ਲੀਡਰਾਂ ਦੇ ਮੈਨੂੰ ਵੀ ਫੋਨ ਆ ਗਏ, ਮੈਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਫੋਨ ਵੀ ਲਾ ਲਿਆ, ਉਹਨਾਂ ਨੇ ਫੋਨ ਚੱਕਿਆ ਨਹੀਂ ਕਿਉਂਕਿ ਨਿਸ਼ਚਿਤ ਤੌਰ 'ਤੇ ਉਹ ਕਮੈਂਟਰੀ 'ਚ ਰੁੱਝੇ ਹੋਣਗੇ। ਪਰ ਇਹਦੇ 'ਤੇ ਸਿਆਸੀ ਰੌਲਾ ਮੱਚ ਗਿਆ। ਇਹ ਤੁਹਾਡੇ ਤੋਂ ਮੈਂ ਸਮਝਣਾ ਚਾਹੂੰਗਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੀਡੀਓ ਆਮ ਆਦਮੀ ਪਾਰਟੀ ਨੇ ਆਪਣੀ ਵੀਡੀਓ 'ਚ ਕਿਵੇਂ ਵਰਤ ਲਈ, ਇਹਦਾ ਸਿਆਸੀ ਅਰਥ ਕੀ ਨਿਕਲਦਾ, ਨਵਜੋਤ ਸਿੰਘ ਸਿੱਧੂ ਸੱਚਾ ਬੰਦਾ ਹੈ ਕੁੱਲ ਦੁਨੀਆ ਜਾਣਦੀ ਹੈ, ਕੀ ਸਿਰਫ ਇੱਕ ਸੱਚਾ ਬੰਦਾ ਪੰਜਾਬ ਪੱਖੀ ਬੰਦਾ ਹੋਣ ਕਰਕੇ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਉਹਨਾਂ ਨੇ ਵਰਤ ਲਈ, ਜਾਂ ਇਹ ਮੰਨਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਪ੍ਰਚਾਰ ਨਹੀਂ ਕਰ ਰਹੇ, ਸਿਆਸਤ ਤੋਂ ਦੂਰ ਨੇ ਅਤੇ ਕਮੈਂਟਰੀ ਕਰ ਰਹੇ ਨੇ। ਇੱਕ ਕਮੈਂਟਰੀ ਦੇ ਐਕਸਪਰਟ ਦੇ ਤੌਰ ਦੇ ਉੱਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਵਰਤੀ ਹੈ, ਇਹਦਾ ਵੀ ਕੱਪੜ ਛਾਣ ਤੁਸੀਂ ਕਰਨਾ। ਅਤੇ ਤੀਸਰੀ ਗੱਲ, ਬਿਕਰਮ ਮਜੀਠੀਆ ਬਠਿੰਡੇ ਪਹੁੰਚ ਕੇ ਭਗਵੰਤ ਮਾਨ ਨੂੰ ਵੀ ਔਰ ਨਰਿੰਦਰ ਮੋਦੀ ਨੂੰ ਵੀ ਖੁੱਲ੍ਹ ਕੇ ਲਲਕਾਰੇ ਮਾਰ ਰਿਹਾ। ਭਗਵੰਤ ਮਾਨ ਵੀ ਲਗਾਤਾਰ ਲਲਕਾਰੇ ਮਾਰ ਰਹੇ ਨੇ ਰਵਨੀਤ, ਆਪਣੇ ਮਾਫ ਕਰਨਾ, ਬਿਕਰਮ ਮਜੀਠੀ ਨੂੰ ਔਰ ਸੁਖਬੀਰ ਬਾਦਲਾਂ ਨੂੰ। ਸੁਖਬੀਰ ਬਾਦਲ ਦਾ ਹੋਟਲ ਭਗਵੰਤ ਮਾਨ ਨੇ ਇਸ ਤਰ੍ਹਾਂ ਨਿਸ਼ਾਨੇ 'ਤੇ ਲੈ ਲਿਆ ਜਿਵੇਂ ਸਚਿਨ ਤੇਂਦੁਲਕਰ ਜਾਂ ਵਿਰਾਟ ਕੋਹਲੀ ਛੱਕੇ ਮਾਰਦੇ ਨੇ ਗਰਾਊਂਡ 'ਚ। ਸੋ ਪੂਰਾ ਮਾਹੌਲ, IPL ਵੀ ਚੱਲ ਰਿਹਾ, ਕ੍ਰਿਕਟ ਵਾਲਾ ਬਣਿਆ ਪਿਆ। ਕਈ ਹੋਰ ਸਵਾਲ ਨੇ, ਅੱਜ ਬੀਬੀ ਸੁਨੀਤਾ ਕੇਜਰੀਵਾਲ ਕਾਗਜ਼ ਭਰਵਾਉਣ ਆਏ ਹੋਏ ਨੇ ਪੰਜਾਬ 'ਚ, ਭਗਵੰਤ ਮਾਨ ਰੋਡ ਸ਼ੋਅ ਕੱਢ ਰਹੇ ਨੇ, ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ, ਔਰ ਕਹਿੰਦੇ ਸੁਖਬੀਰ ਬਾਦਲ ਨੇ ਵੀ ਲੱਡੂ ਵੰਡਤੇ। ਇਹ ਬਹੁਤ ਵੱਡੀ ਗੱਲ ਹੈ, ਪੰਜਾਬ ਬਚਾਓ ਯਾਤਰਾ 'ਚ ਸੁਖਬੀਰ ਬਾਦਲ ਨੇ ਕਿਉਂ ਲੱਡੂ ਵੰਡੇ, ਇਹ ਖੁਸ਼ਖਬਰੀ ਸੁਖਬੀਰ ਬਾਦਲ ਨੇ ਆਪਣੇ ਮੂੰਹੋਂ ਅਗਰ ਕੋਈ ਦੱਸੀ ਹੈ, ਜੇ ਦੱਸੀ ਹੈ ਤਾਂ ਤੁਸੀਂ ਇਹ ਵੀ ਗੱਲ ਸਾਂਝੀ ਕਰੀਓ। ਔਰ ਬੀਬੀ ਪਰਮਪਾਲ ਕੌਰ ਕੱਲ੍ਹ ਦੇ ਅੜ ਗਏ, ਉਹ ਕਹਿੰਦੇ ਮੈਂ ਨੌਕਰੀ ਵਾਪਸ ਜੁਆਇਨ ਨਹੀਂ ਕਰਨੀ। ਬੜਾ ਰੌਲਾ ਬਠਿੰਡਾ ਦੀ ਸੀਟ 'ਤੇ ਪਿਆ, ਹੁਣ ਕੀ ਉਹਨਾਂ ਦੇ ਕਾਗਜ਼ ਦਾਖਲ ਹੋਣਗੇ ਜਾਂ ਨਹੀਂ ਹੋਣਗੇ। ਕਿਸਾਨ ਪਹੁੰਚ ਗਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲੇ, ਉਹ ਕਹਿੰਦੇ ਬੀਜੇਪੀ ਵਾਲਿਆਂ ਨੇ ਮੈਮੋਰੈਂਡਮ ਦਿੱਤਾ ਵੀ ਕਿਸਾਨ ਚੋਣ ਪ੍ਰਚਾਰ ਨਹੀਂ ਕਰਨ ਦਿੰਦੇ, ਸਰਾਸਰ ਗਲਤ ਹੈ, ਅਸੀਂ ਕਿਸੇ ਬੀਜੇਪੀ ਦੇ ਲੀਡਰ ਨੂੰ ਨਹੀਂ ਰੋਕਦੇ, ਅਸੀਂ ਸਵਾਲ ਪੁੱਛਦੇ ਹਾਂ, ਜਦੋਂ ਅਸੀਂ ਸਵਾਲ ਪੁੱਛਦੇ ਹਾਂ ਆਪਣੀਆਂ ਗੱਡੀਆਂ ਭਜਾ ਲੈਂਦੇ ਨੇ, ਅੱਗੇ ਰੁਕਦੇ ਨਹੀਂ, ਫਿਰ ਸਾਨੂੰ ਗੱਡੀਆਂ ਅੱਗੇ ਵੀ ਖੜ੍ਹਨਾ ਪੈ ਜਾਂਦਾ। ਸੋ ਕਿਸਾਨਾਂ ਨੇ ਵੀ ਪਲਟਵਾਰ ਕੀਤਾ, ਕਿਸਾਨਾਂ ਦੀ ਗੱਲ ਵੀ ਸੁਣਾਵਾਂਗੇ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਈ ਟਕਸਾਲੀ ਬੀਜੇਪੀ ਵਾਲੇ ਨਾਰਾਜ਼ ਨੇ, ਕੱਲ੍ਹ ਤਿੰਨ ਟਿਕਟਾਂ ਦਿੱਤੀਆਂ ਦੋ ਬਾਹਰਲਿਆਂ ਨੂੰ, ਹੁਣ ਤਾਂ ਉਹ ਬੀਜੇਪੀ ਵਾਲੇ ਨੇ ਪਰ ਆਏ ਬਾਹਰੋਂ ਹੈ। ਸੋ ਕਾਂਗਰਸ ਇਸੇ ਤਰੀਕੇ ਨਾਲ ਬੀਜੇਪੀ ਖਤਮ ਕਰੂਗੀ ਕਿ ਆਪਾਂ ਕਾਂਗਰਸ ਦੇ ਲੀਡਰ ਬੀਜੇਪੀ 'ਚ ਸ਼ਾਮਿਲ ਕਰਾ ਕਰਾ ਉਹਨਾਂ ਨੂੰ ਟਿਕਟਾਂ ਦਈਏ ਤਾਂ ਕਿ ਹੋਰ ਕਾਂਗਰਸ ਦੇ ਲੀਡਰ ਪ੍ਰੇਰਿਤ ਹੋਣ ਅਤੇ ਕਾਂਗਰਸ ਛੱਡ ਛੱਡ ਬੀਜੇਪੀ 'ਚ ਆਉਣ?
ਵੈਸੇ ਜਦ ਕੱਲ ਭਾਜਪਾ ਦੀ ਤਿੰਨ ਕੈਂਡੀਡੇਟਸ ਦੀ ਲਿਸਟ ਆਈ, ਉਸ ਤੋਂ ਬਾਅਦ ਅੰਦਰ ਭਾਜਪਾ ਦੇ ਲੀਡਰਾਂ ਦਾ ਜਿਹੜੇ ਟਿਕਟ ਦੇ ਚਾਹਵਾਨ ਸੀਗੇ ਉਹਦੇ ਰਿਐਕਸ਼ਨ ਕੀ ਸੀਗੇ, ਇਹ ਜਾਣਨ ਵਾਸਤੇ ਅਸੀਂ ਫੋਨ ਕੀਤਾ। ਔਰ ਤੁਸੀਂ ਡੱਲਾ ਸਾਹਿਬ, ਮੈਕਸੀਮਮ ਜਿਹੜੇ ਕੈਂਡੀਡੇਟ ਬਣਨਾ ਚਾਹੁੰਦੇ ਸੀਗੇ ਉਹਨਾਂ ਨੇ ਜਾਂ ਤਾਂ ਫੋਨ ਬੰਦ ਕੀਤੇ ਹੋਏ ਸੀਗੇ, ਔਰ ਜਦ ਅੰਦਰੂਨੀ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਕਈਆਂ ਨੇ ਤਾਂ ਫੋਨ ਤੋੜ ਹੀ ਦਿੱਤੇ। ਹੁਣ ਉਹ ਫੋਨ ਟੁੱਟੇ ਸੀਗੇ ਜਾਂ ਫਿਰ ਟੁੱਟਣ ਤੋਂ ਬਾਅਦ ਟੁੱਟੇ ਗਏ ਜਾਂ ਫਿਰ ਬੰਦ ਕਰਨ ਤੋਂ ਬਾਅਦ ਟੁੱਟੇ, ਇਹ ਇੱਕ ਸਵਾਲ ਸੀਗਾ। ਪਰ ਹਾਂ, ਹੁਣ ਤਿੰਨੋਂ ਟਿਕਟਾਂ ਜਿਸ ਤਰੀਕੇ ਨਾਲ ਦਿੱਤੀ ਗਈ, ਹੁਣ ਦੇਖੋ ਅਵਿਨਾਸ਼ ਰਾਏ ਖੰਨਾ ਉਹਨਾਂ ਫਰੰਟ ਰਨਰ ਸੀਗੇ ਔਰ ਬੜੇ ਸੀਨੀਅਰ ਲੀਡਰ ਹੈਗੇ ਨੇ ਭਾਜਪਾ ਦੇ ਵਿੱਚ, ਕਈ ਪ੍ਰਦੇਸ਼ਾਂ ਦੇ ਇੰਚਾਰਜ ਵੀ ਰਹੇ ਨੇ। ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦਾ ਇੰਚਾਰਜ ਬਣਾਇਆ ਸੀਗਾ, ਹਜੇ ਤਦ ਹੀ ਕਲੀਅਰ ਹੋ ਗਿਆ ਸੀ ਵੀ ਉਹਨਾਂ ਨੂੰ ਟਿਕਟ ਨਹੀਂ ਮਿਲ ਰਹੀ, ਪਰ ਉਹ ਟਿਕਟ ਦੇ ਚਾਹਵਾਨ ਸੀਗੇ ਅਨੰਦਪੁਰ ਸਾਹਿਬ ਤੋਂ। ਪਰ ਅਨੰਦਪੁਰ ਸਾਹਿਬ ਤੋਂ RSS ਦੇ ਜਾਂ ਯੂਥ ਲੀਡਰ ਕਹੀਏ ਆਪਾਂ, ਡਾਕਟਰ ਸੁਭਾਸ਼ ਸ਼ਰਮਾ, ਉਹ ਟਿਕਟ ਲੈਣ ਦੇ ਵਿੱਚ ਕਾਮਯਾਬ ਹੋ ਗਏ। ਦੂਜੇ ਪਾਸੇ ਹਰਜੀਤ ਗਰੇਵਾਲ, ਉਹਨਾਂ ਇੰਟਰਸਟਿਡ ਸੀਗੇ ਸੰਗਰੂਰ ਤੋਂ ਟਿਕਟ ਲੈਣ ਵਾਸਤੇ, ਉੱਥੇ ਅਰਵਿੰਦ ਖੰਨਾ ਉਹਨਾਂ ਨੂੰ ਟਿਕਟ ਦਿੱਤੀ ਗਈ। ਔਰ ਤੀਜੇ ਪਾਸੇ ਸਾਰਾ ਸਭ ਤੋਂ ਜ਼ਿਆਦਾ ਹੈਰਾਨੀਜਨਕ ਜਿਹੜਾ ਫੈਸਲਾ ਸੀਗਾ ਉਹ ਰਾਣਾ ਗੁਰਮੀਤ ਸੋਢੀ ਉਹਨਾਂ ਨੂੰ ਭਾਜਪਾ ਨੇ ਟਿਕਟ ਬਣਾਤੀ, ਉਹ ਵੀ ਖਾਸ ਕਰਕੇ ਤਦ ਜਦ ਪ੍ਰਧਾਨ ਸੁਨੀਲ ਜਾਖੜ ਉਹਨਾਂ ਲਗਾਤਾਰ ਬੈਟਿੰਗ ਕਰ ਰਹੀ ਸੀ। ਔਰ ਇਹਦਾ ਅਸੀਂ ਉਸ ਗੱਲ ਦਾ ਜ਼ਿਕਰ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕੀਤਾ ਸੀਗਾ ਕਿ ਉਹ ਚਾਹੁੰਦੇ ਸੀ ਰਵਿੰਦਰ ਆਮਲਾ ਉਹਨਾਂ ਨੂੰ ਟਿਕਟ ਮਿਲੇ, ਔਰ ਰਵਿੰਦਰ ਆਮਲਾ ਉਹਨਾਂ ਦੇ ਭਾਜਪਾ ਜੁਆਇਨ ਕਰਨ ਦੀ ਖਬਰਾਂ ਤਕਰੀਬਨ 15 ਦਿਨਾਂ ਤੋਂ ਲਗਾਤਾਰ ਛਪ ਰਹੀ ਸੀ ਕਿ ਅੱਜ ਕਰ ਸਕਦੇ ਨੇ, ਕੱਲ੍ਹ ਕਰ ਸਕਦੇ ਨੇ। ਔਰ ਉਸ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਉਹਨਾਂ ਨੂੰ ਟਿਕਟ ਮਿਲਣਾ, ਉਹ ਆਪਣੇ ਆਪ ਵਿੱਚ ਪ੍ਰਧਾਨ ਜੀ ਦੀ ਨਹੀਂ ਚੱਲੀ ਇਸ ਤਰ੍ਹਾਂ ਇੰਡੀਕੇਟ ਕਰਦੀ। ਔਰ ਪ੍ਰਧਾਨ ਜੀ ਦੀ ਜੇ 13 ਵਿੱਚੋਂ 12 ਟਿਕਟ ਡਿਸਟ੍ਰੀਬਿਊਸ਼ਨ ਹੋ ਚੁੱਕੀ ਹੈ, ਉਹਦੇ ਵਿੱਚ ਸੁਨੀਲ ਜਾਖੜ ਉਹਨਾਂ ਦੀ ਕਿਹੜੀ ਕਿਹੜੀ ਸੀਟ ਦੇ ਉੱਤੇ ਕਿੰਨੀ ਕੁ ਚੱਲੀ, ਇਹ ਵੀ ਜਾਣਨਾ ਬੜਾ ਔਖਾ ਹੈਗਾ ਪਰ ਸੌਖਾ ਵੀ ਹੈਗਾ, ਕਿਉਂਕਿ ਜ਼ਿਆਦਾਤਰ ਸੀਟਾਂ ਦੇ ਉੱਤੇ ਸੁਨੀਲ ਜਾਖੜ ਉਹਨਾਂ ਦੀ ਕੰਸੈਂਟ ਲਿੱਤੀ ਗਈ ਕਿ ਨਹੀਂ ਲਿੱਤੀ ਗਈ। ਤੁਹਾਨੂੰ ਯਾਦ ਹੋਏਗਾ ਜਦ ਰਵਨੀਤ ਬਿੱਟੂ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਸੀ ਤੇ ਸੁਨੀਲ ਜਾਖੜ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਵੀ ਨਹੀਂ ਸੀ, ਯਾਨੀ ਪ੍ਰਧਾਨਗੀ ਭਾਜਪਾ ਦੇ ਵਿੱਚ ਕੋਈ ਬਹੁਤੀ ਇਫੈਕਟਿਵ ਨਹੀਂ ਹੁੰਦੀ। ਉਹ ਅੱਜ ਸੁਨੀਲ ਜਾਖੜ ਉਹਨਾਂ ਦੇ ਇਸ ਡਿਸੀਜ਼ਨ ਤੋਂ ਬਾਅਦ, ਖਾਸ ਕਰਕੇ ਜਦ ਰਾਣਾ ਗੁਰਮੀਤ ਸੋਢੀ ਉਹਨਾਂ ਨੂੰ ਟਿਕਟ ਦਿੱਤੀ। ਇੱਦਾਂ ਹੀ ਨੈਸ਼ਨਲ ਪ੍ਰੈਜੀਡੈਂਟ ਦੇ ਬਾਰੇ 'ਚ ਵੀ ਕਿਹਾ ਜਾਂਦਾ ਹੈ ਕਿ ਵੀ ਨੱਡਾ ਸਾਹਿਬ ਤੋਂ ਬੰਦੇ ਕਈ ਅਪਰੋਚ ਕਰਦੇ ਨੇ ਜਿਹੜੇ ਟਕਸਾਲੀ ਭਾਜਪਾਈ, ਉਹ ਕਹਿੰਦੇ ਨੇ ਨੱਡਾ ਸਾਹਿਬ ਨੂੰ ਆਪਾਂ ਗੱਲ ਆਪਣੀ ਕਹਿ ਕੇ ਤੇ ਆ ਜਾਂਦੇ ਹਾਂ ਪਰ ਟਿਕਟ ਡਿਸਟ੍ਰੀਬਿਊਸ਼ਨ ਦੇ ਵਿੱਚ ਨੱਡਾ ਸਾਹਿਬ ਦੇ ਵੀ ਨਹੀਂ ਜਲਦੀ ਹੈ। ਕਈ ਵਾਰ ਕਈ ਲੀਡਰਾਂ ਨੇ ਐਕਸਪੀਰੀਅੰਸ ਕੀਤਾ ਔਰ ਇੱਦਾਂ ਦੀ ਇਹ ਹਾਲ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦਾ ਟਿਕਟ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਦੇਖਿਆ ਗਿਆ। ਭਾਸਕਰ ਸਾਹਿਬ, ਜਿਹੜਾ ਮੂਲ ਰੂਪ ਦੇ ਵਿੱਚ ਇਹ ਸਵਾਲ ਹੈ, ਕਿੰਨਾ ਕੁ ਨੁਕਸਾਨ ਜਾਂ ਫਾਇਦਾ ਬੀਜੇਪੀ ਨੂੰ ਹੋਏਗਾ ਪੰਜਾਬ 'ਚ ਬੀਜੇਪੀ ਦੇ ਕਾਂਗਰਸੀਕਰਨ ਕਰਨ ਦਾ? ਕਿਉਂਕਿ ਮੇਰਾ ਇਹ ਮੰਨਣਾ ਹੈ, ਕਈ ਬੀਜੇਪੀ ਦੇ ਲੀਡਰਾਂ ਨਾਲ ਤੁਹਾਡੀ ਵੀ ਗੱਲ ਹੁੰਦੀ, ਮੇਰੀ ਵੀ ਹੁੰਦੀ, ਨਾ ਖੁਸ਼ ਤਾਂ ਹੈਗਾ ਵਰਕਰ ਅਤੇ ਵਲੰਟੀਅਰ। ਔਰ ਅੱਜ ਜਦੋਂ ਸਥਿਤੀਆਂ ਇੰਨੀਆਂ ਜ਼ਿਆਦਾ ਉਲਝੀਆਂ ਪਈਆਂ ਨੇ ਭਾਜਪਾ ਲਈ, ਕਿਸਾਨ ਲੀਡਰ ਵੀ ਨਾ ਖੁਸ਼ ਨੇ, ਬੀਜੇਪੀ ਇਲਜ਼ਾਮ ਲਾ ਰਹੀ ਹੈ ਵੀ ਕਿਸਾਨ ਸਾਨੂੰ ਚੋਣ ਪ੍ਰਚਾਰ ਨਹੀਂ ਕਰਨ ਦੇ ਰਹੀ, ਸਾਡੇ ਚੋਣ ਪ੍ਰਚਾਰ ਦਾ ਅਧਿਕਾਰ ਉਹ ਖੋਇਆ ਜਾ ਰਿਹਾ। ਕਿਸਾਨ ਕਹਿੰਦੇ ਅਸੀਂ ਤਾਂ ਸਵਾਲ ਕਰਦੇ ਹਾਂ ਅਤੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ, ਅਸੀਂ ਰੋਕ ਨਹੀਂ ਕਿਸੇ ਨੂੰ ਰਹੇ। ਔਰ ਆਉਂਦੇ ਦਿਨਾਂ 'ਚ ਵੀ ਕਹਿੰਦੇ ਅਸੀਂ ਪਿੰਡ ਪਿੰਡ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਵਾਲ ਕਰਾਂਗੇ। ਹਾਲਾਂਕਿ ਅੱਜ ਕੱਲ੍ਹ ਕਿਸਾਨ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਵੀ ਸਵਾਲ ਕਰਨ ਲੱਗ ਗਏ, ਕਈ ਜਗ੍ਹਾ ਆਪ ਨੂੰ ਵੀ ਸਵਾਲ ਕਰਦੇ ਅਸੀਂ ਲੀਡਰ ਦੇਖੇ ਨੇ। ਪਰ ਬੀਜੇਪੀ ਦੇ ਕਾਡਰ ਦੀ ਮਾੜੀ ਜਿਹੀ ਝਲਕ ਮਾਰਿਓ, ਚੋਣ ਪ੍ਰਚਾਰ 'ਚ ਬੀਜੇਪੀ ਦਾ ਕਾਡਰ ਪੂਰੀ ਸਰਗਰਮੀ ਨਾਲ ਉਤਰਿਆ ਆ? ਨਹੀਂ, ਹਜੇ ਬੀਜੇਪੀ ਦਾ ਕੈਂਪੇਨ ਸ਼ੁਰੂ ਹੋਣਾ ਹੈ। ਕਈ ਤਿੰਨ ਟਿਕਟਾਂ ਕੱਲ੍ਹ ਹੀ ਅਨਾਊਂਸ ਹੋਈਆਂ, ਉੱਥੇ ਤਾਂ ਹਜੇ ਪ੍ਰਚਾਰ ਸ਼ੁਰੂ ਹੋਣਾ। ਹੁਣ ਦੇਖੋ ਪਹਿਲੇ ਗੇੜੇ ਦੇ ਵਿੱਚ ਜਾਂ ਦੂਜੇ ਗੇੜੇ ਦੇ ਵਿੱਚ, ਦੂਜੀ ਲਿਸਟ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਦੇ ਕੈਂਡੀਡੇਟ ਅਨਾਊਂਸ ਹੋਏ ਸੀ, ਉਹਦੇ ਵਿੱਚ ਰਵਨੀਤ ਬਿੱਟੂ ਉਹਨਾਂ ਹੈਗੇ ਨੇ, ਉਹ ਤਰਨਜੀਤ ਸਿੰਘ ਸੰਧੂ ਉਹਨਾਂ ਹੈਗੇ ਨੇ।
ਮੈਨੂੰ ਇਹ ਲੱਗਦਾ ਕਿ ਜਿੰਨੀ ਤੇਜ਼ੀ ਨਾਲ ਤਰਨਜੀਤ ਸਿੰਘ ਸੰਧੂ ਉਹਨਾਂ ਨੇ ਆਪਣਾ ਕੈਂਪੇਨ ਅੰਮ੍ਰਿਤਸਰ ਦੇ ਵਿੱਚ ਚਲਾਇਆ, ਉਹ ਜਦ ਕਹਿੰਦੇ ਨਾ ਕਿ ਘੋੜਾ ਜਾਂ ਮੈਰਾਥਨ ਰੇਸ ਦੇ ਵਿੱਚ ਜਦ ਤੁਸੀਂ ਬੜੀ ਤੇਜ਼ੀ ਨਾਲ ਦੌੜ ਜਾਂਦੇ ਹੋ ਤੇ ਫਿਰ ਅੱਧੇ ਕੁ ਰਸਤੇ ਆ ਕੇ ਤੁਹਾਨੂੰ ਸਾਹ ਚੜ ਜਾਂਦਾ, ਏਦਾਂ ਦੀ ਹੀ ਸਿੱਧੀ ਤਰਨਜੀਤ ਸਿੰਘ ਸੰਧੂ ਉਹਨਾਂ ਦੇ ਕੈਂਪੇਨ ਦੀ ਦੇਖੀ ਜਾ ਰਹੀ ਹੈ, ਕਿਉਂਕਿ ਉਹਨਾਂ ਨੇ ਸ਼ਹਿਰੀ ਹਲਕਿਆਂ ਦੇ ਵਿੱਚ ਤਾਂ ਘੱਟ ਤੋਂ ਘੱਟ 2 ਵਾਰ ਗੇੜੇ ਮਾਰਤੇ, ਲੇਕਿਨ ਪਿੰਡਾਂ ਦੇ ਵਿੱਚ ਜਾਣ ਦੀ ਹਿੰਮਤ ਨਹੀਂ ਹੁੰਦੀ, ਅਗਲੇ ਪਹਿਲੇ ਹੀ ਬੈਨਰ ਲੈ ਕੇ ਕਾਲੇ ਝੰਡੇ ਲੈ ਕੇ ਖੜੇ ਹੁੰਦੇ ਨੇ। ਔਰ ਤੁਸੀਂ ਇਸ ਗੱਲ ਦਾ ਹੀ ਜ਼ਿਕਰ ਕਰ ਰਹੇ ਹੋ ਕਿ ਅੱਜ ਕਿਸਾਨਾਂ ਨੇ ਵੀ ਇਲੈਕਸ਼ਨ ਕਮਿਸ਼ਨ ਦੇ ਨਾਲ ਮੀਟਿੰਗ ਕਰਕੇ ਆਪਣੀ ਗੱਲ ਨੂੰ ਕਹਿਣ ਦੀ ਕੋਸ਼ਿਸ਼ ਕੀਤੀ, ਉਹ ਵੀ ਖਾਸ ਕਰਕੇ ਤਦ ਜਦ ਪਿਛਲੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਉਹਨਾਂ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਸੀ ਕਿ ਸਾਨੂੰ ਫੇਅਰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤੀ ਜਾ ਰਹੀ ਔਰ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾਂਦਾ ਔਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨਾ ਉਹ ਸੂਬੇ ਦੀ ਸਰਕਾਰ ਦਾ ਕੰਮ ਹੈ। ਅੱਜ ਕਿਸਾਨਾਂ ਨੇ ਵੀ ਆਪਣਾ ਪੱਖ ਰੱਖਿਆ ਕਿ ਅਸੀਂ ਜਦ ਵਿਰੋਧ ਕਰਦੇ ਹਾਂ ਤੇ ਬਜਾਏ ਕਿ ਸਾਡੀ ਗੱਲ ਸੁਣਨ ਤੇ ਬੀਜੇਪੀ ਦੇ ਲੀਡਰਸ ਗੱਡੀਆਂ ਭਜਾ ਕੇ ਤੁਰ ਜਾਂਦੇ ਨੇ, ਤੇ ਇਦਾਂ ਦੀ ਸਥਿਤੀ ਦੇ ਵਿੱਚ ਅਸੀਂ ਆਪਣੀ ਗੱਲ ਨੂੰ ਕਿੱਦਾਂ ਅੱਗੇ ਵਧਾ ਸਕਦੇ ਹਾਂ? ਚਲੋ ਅੱਗੇ ਚੱਲ ਕੇ ਇਲੈਕਸ਼ਨ ਕਮਿਸ਼ਨ ਜਾਂ ਫਿਰ ਸਰਕਾਰ ਨੂੰ ਕਿਸੇ ਤਰੀਕੇ ਦੇ ਨਿਰਦੇਸ਼ ਮਿਲਦੇ ਹੈ, ਇਹ ਤੇ ਬਾਅਦ ਚੋਂ ਦੇਖਣ ਲੱਗੇ, ਪਰ ਹਜੇ ਭਾਜਪਾ ਦਾ ਪ੍ਰਚਾਰ ਪ੍ਰਜੋਰ ਤਰੀਕੇ ਨਾਲ ਹੋਣਾ ਜ਼ਰੂਰ ਬਾਕੀ ਹੈ। ਔਰ ਜਿੱਥੇ ਤੱਕ ਗੱਲ ਕਰੀਏ ਲੁਧਿਆਣਾ ਦੀ, ਤਾਂ ਲੁਧਿਆਣਾ ਦੇ ਵਿੱਚ ਜਦ 1-2 ਦਿਨਾਂ ਦੇ ਵਿੱਚ ਰਵਨੀਤ ਬਿੱਟੂ ਹੋਣਾ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰਨਗੇ, ਤੇ ਉਹਨਾਂ ਦੇ ਨਾਲ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਵੀ ਜਿਹੜੇ ਆਦਿਤਿਆ ਪ੍ਰਤਾਪ ਆਦਿਤਿਆ ਨਾਥ ਯੋਗੀ ਉਹਨਾਂ ਤੇ ਹੋਣਗੇ, ਪਰ ਜੇ ਕਿਤੇ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਨੇ ਉਹਨਾਂ ਦੇ ਵੋਟ ਲੈਣ ਵਾਸਤੇ ਜੇ ਨਿਤੀਸ਼ ਕੁਮਾਰ ਵੀ ਹੋਣ ਤੇ ਤੁਹਾਨੂੰ ਹੈਰਾਨੀ ਨਹੀਂ ਹੋਏਗੀ, ਕਿਉਂਕਿ ਰਾਹੁਲ ਗਾਂਧੀ ਜਦ ਨੋਮੀਨੇਸ਼ਨ ਪੇਪਰ ਫਾਈਲ ਕਰਨ ਰਾਜਾ ਵੜਿੰਗ ਦੇ ਆਉਣਗੇ ਨਾ, ਤੇ ਉਹਨਾਂ ਦੇ ਨਾਲ ਵੀ ਤੇਜਸਵੀ ਯਾਦਵ ਵੀ ਹੋ ਸਕਦੇ ਨੇ। ਤੇਜਸਵੀ ਯਾਦਵ ਉਹਨਾਂ ਦਾ ਰਾਹੁਲ ਗਾਂਧੀ ਦੇ ਨਾਲ ਰਾਜਾ ਵੜਿੰਗ ਦੇ ਨੋਮੀਨੇਸ਼ਨ ਫਾਈਲਿੰਗ ਦੇ ਦੌਰਾਨ ਹੋਣਾ, ਔਰ ਦੂਜੇ ਪਾਸੇ ਆਦਿੱਤਿਆਨਾਥ ਯੋਗੀ ਉਹਨਾਂ ਦਾ ਔਰ ਨਿਤੀਸ਼ ਕੁਮਾਰ ਉਹਨਾਂ ਦਾ ਹਜੇ ਪੱਕਾ ਨਹੀਂ ਹੈ, ਹਜੇ ਤੱਕ ਇਹ ਫੈਸਲਾ ਨਹੀਂ ਲਿਆ ਗਿਆ ਕਿ ਉਹ ਆਉਣਗੇ ਜਾਂ ਨਹੀਂ ਬੁਲਾਇਆ ਜਾਏਗਾ ਕਿ ਨਹੀਂ ਬੁਲਾਇਆ ਜਾਏਗਾ, ਪਰ ਤੇਜਸਵੀ ਯਾਦਵ ਔਰ ਰਾਹੁਲ ਗਾਂਧੀ ਉਹਨਾਂ ਦਾ ਤਕਰੀਬਨ ਲਗਭਗ ਪੱਕਾ ਹੈ ਕਿ ਉਹ ਜਦ ਰਾਜਾ ਵੜਿੰਗ ਉਹਨਾਂ ਦੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਆਉਣਗੇ ਤੇ ਉੱਥੇ ਉਹ ਮੌਜੂਦ ਰਹਿ ਸਕਦੇ। ਬਿਲਕੁਲ, ਪਿਛਲੇ ਸਮਿਆਂ ਦੇ ਵਿੱਚ ਨਿਤੀਸ਼ ਕੁਮਾਰ ਵੀ ਆਉਂਦੇ ਰਹੇ ਨੇ, ਲਾਲੂ ਯਾਦਵ ਵੀ ਆਉਂਦੇ ਰਹੇ ਨੇ, ਬੀਬੀ ਮਾਇਆਵਤੀ ਵੀ ਇੱਕ ਵਾਰ ਰੈਲੀ ਕਰਕੇ ਗਏ ਸੀ। ਸੋ ਜਿਹੜੇ ਸਾਡੇ ਭਰਾ ਨੇ ਉੱਤਰ ਪ੍ਰਦੇਸ਼ ਦੇ ਨੇ, ਬਿਹਾਰ ਦੇ ਨੇ, ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ, ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਇਸ ਵਾਰ ਖੂਬ ਚਰਚਾ ਦੇ ਵਿੱਚ ਹੈ, ਤੇਜਸਵੀ ਯਾਦਵ, ਔਰ ਤੇਜਸਵੀ ਯਾਦਵ ਨੂੰ ਲਿਆਉਣ ਲਈ ਪੂਰੇ ਯਤਨ ਪੰਜਾਬ 'ਚ ਚੱਲ ਰਹੇ ਨੇ ਭਾਸਕਰ ਸਾਹਿਬ, ਔਰ ਆਦਿੱਤਿਆਨਾਥ ਯੋਗੀ, ਇਸ ਤੋਂ ਇਲਾਵਾ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ, ਅਮਿਤ ਸ਼ਾਹ, ਇਹ ਸਾਰੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਕਾਗਜ਼ ਭਰਨ ਜਾਂ ਚੋਣ ਰੈਲੀਆਂ ਦੇ ਵਿੱਚ ਜਾਂ ਰੋਡ ਸ਼ੋਅ ਦੇ ਲਈ ਭੇਜ ਸਕਦੀ ਹੈ, ਔਰ ਆਦਿੱਤਿਆਨਾਥ ਯੋਗੀ ਦਾ ਰੋਡ ਸ਼ੋਅ ਹੈ ਜਿਹੜਾ ਉਹਦਾ ਵੀ ਲੁਧਿਆਣੇ ਦੇ ਵਿੱਚ ਪ੍ਰਬੰਧ ਕੀਤਾ ਜਾ ਸਕਦਾ। ਇਸ ਤਰੀਕੇ ਦੀਆਂ ਖਬਰਾਂ ਉਹ ਲਗਾਤਾਰ ਸਾਡੇ ਕੋਲ ਆ ਰਹੀਆਂ ਨੇ। ਪੋਲੀਟੀਕਲ ਪਾਰਟੀਆਂ ਧਾਰ ਦੇਣਾ ਚਾਹ ਰਹੀਆਂ ਨੇ ਚੋਣ ਪ੍ਰਚਾਰ ਨੂੰ, ਪਰ ਭਾਸਕਰ ਸਾਹਿਬ ਕਿਤੇ ਨਾ ਕਿਤੇ ਜਿਹੜੀ ਕੈਂਡੀਡੇਟ ਐਲਾਨ ਕਰਨ 'ਚ ਦੇਰੀ ਹੋਈ ਹੈ, ਕਾਂਗਰਸ ਨੇ ਵੀ ਕੈਂਡੀਡੇਟ ਐਲਾਨ ਕਰਨ 'ਚ ਦੇਰੀ ਕੀਤੀ ਹੈ। ਹੁਣ ਰਾਜਾ ਵੜਿੰਗ ਨੂੰ ਜਦੋਂ ਐਲਾਨ ਕੀਤਾ, 4-5 ਦਿਨ ਹੋਏ ਨੇ ਹਜੇ ਰਾਜਾ ਵੜਿੰਗ ਨੂੰ, ਔਰ 24-25 ਦਿਨ ਰਹਿ ਗਏ ਨੇ ਅਸੀਂ ਜੇ ਮੰਨੀਏ ਚੋਣ ਪ੍ਰਚਾਰ ਬੰਦ ਹੋਣ ਨੂੰ, ਕਿਉਂਕਿ ਅੱਜ ਅਸੀਂ 9 ਤਰੀਕ 'ਤੇ ਤਾਂ ਆ ਗਏ ਹਾਂ, ਅੱਜ 9 ਤਰੀਕ ਆ ਗਏ, 1 ਜੂਨ ਨੂੰ ਵੋਟਾਂ ਨੇ, ਮਈ ਦਾ ਮਹੀਨਾ ਕੱਤੀਆਂ ਦਾ, ਇਹਦਾ ਮਤਲਬ ਹੈ ਕੱਤੀਆਂ ਦੇ ਵਿੱਚੋਂ ਜੇ ਤੁਸੀਂ 10 ਕੱਢਦੇ ਹੋ, ਅੱਜ ਦਾ ਦਿਨ ਸਮਝ ਲਓ ਗਿਆ, 9 ਦਿਨ ਕੱਢਦੇ ਹੋ ਤੇ 22 ਦਿਨ ਰਹਿ ਗਏ, 22 ਦਿਨਾਂ ਦੇ ਵਿੱਚੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਣਾ ਜਦੋਂ ਤੁਸੀਂ ਰੈਲੀਆਂ ਨਹੀਂ ਕਰ ਸਕਦੇ, ਇਹਦਾ ਮਤਲਬ ਹੈ ਦਿਨ ਤਾਂ ਰਹਿ ਗਏ ਸਾਰੇ 19-20, ਔਰ 19-20 ਦਿਨਾਂ 'ਚ ਨਵਾਂ ਕੈਂਡੀਡੇਟ ਭਾਵੇਂ ਰਾਜਾ ਵੜਿੰਗ ਹੈ, ਭਾਵੇਂ ਵਿਜੇ ਇੰਦਰ ਸਿੰਗਲਾ ਹੈ, ਭਾਵੇਂ ਗੁਰਮੀਤ ਸਿੰਘ ਸੋਢੀ ਆ ਫਿਰੋਜ਼ਪੁਰ ਵਾਲੇ,
ਭਾਵੇਂ ਅਰਵਿੰਦ ਖੰਨਾ ਨੇ, ਸੰਗਰੂਰ ਬਹੁਤ ਵੱਡਾ, ਸੁਖਪਾਲ ਖਹਿਰਾ ਨੂੰ ਤਾਂ ਬਹੁਤ ਦਿਨ ਹੋ ਗਏ ਉੱਥੇ ਪ੍ਰਚਾਰ ਕਰਦਿਆਂ ਨੂੰ। ਇਸੇ ਤਰ੍ਹਾਂ ਕਈ ਹਲਕੇ ਨੇ, ਚਰਨਜੀਤ ਚੰਨੀ ਨੂੰ ਤਾਂ ਚਲੋ ਜਲੰਧਰ ਗੇੜੇ ਕੱਢਦੇ ਨੂੰ ਬਹੁਤ ਟਾਈਮ ਹੋ ਗਿਆ, ਪਰ ਵਿਜੇ ਇੰਦਰ ਸਿੰਗਲਾ ਉਹ ਤਾਂ ਥੋੜ੍ਹੇ ਦਿਨ ਪਹਿਲਾਂ ਹੀ ਭੇਜੇ ਨੇ। ਜੀਤਵਿੰਦਰ ਸਿੱਧੂ ਦੀ ਟਿਕਟ ਵੀ ਹੁਣੇ ਹੁਣੇ ਹੀ ਦਿੱਤੀ ਸੀ ਉਹਨਾਂ ਨੇ, ਬਹੁਤਾ ਸਮਾਂ ਨਹੀਂ ਹਜੇ ਹੋਇਆ। ਸੋ ਬੀਜੇਪੀ ਦਾ ਵੀ ਇਹੀ ਹਾਲ ਹੈ, ਬੀਜੇਪੀ ਨੇ ਵੀ ਕਈ ਸੀਟਾਂ 'ਤੇ ਉਮੀਦਵਾਰ ਲੇਟ ਦਿੱਤੇ ਨੇ, ਕਾਂਗਰਸ ਨੇ ਵੀ ਲੇਟ ਦਿੱਤੇ ਨੇ, ਅਕਾਲੀ ਦਲ ਨੇ ਵੀ ਲੇਟ ਦਿੱਤੇ ਨੇ, ਸਾਡੇ ਸਾਰਿਆਂ ਦੇ ਸਾਹਮਣੇ ਹੈ ਸਾਰੀ ਸਥਿਤੀ। ਹੁਣ ਚੋਣ ਪ੍ਰਚਾਰ 'ਚ ਦਿਨ ਥੋੜ੍ਹੇ, ਇਹਦਾ ਵੀ ਕੀ ਅਸਰ ਹੈ ਕਿ ਚੋਣ ਪ੍ਰਚਾਰ ਇਸ ਵਕਤ ਗਰਮੀ ਨਹੀਂ ਫੜ ਸਕਿਆ। ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਰੈਲੀਆਂ ਸ਼ੁਰੂ ਕਰਤੀਆਂ ਸੀ, ਉਹ ਤਾਂ ਹੁਣ ਬੀਬੀ ਸੁਨੀਤਾ ਕੇਜਰੀਵਾਲ ਵੀ ਆ ਗਏ, ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਲੇਟ ਕਰਨਾ, ਇਹਨੇ ਪੰਜਾਬ 'ਚ ਚੋਣ ਪ੍ਰਚਾਰ ਦੀ ਗਰਮੀ ਭਖਾਈ ਨਹੀਂ ਕਿ ਇਸ ਕਰਕੇ ਹੁਣ ਸਾਰਾ ਜ਼ੋਰ ਰੋਡ ਸ਼ੋਅ 'ਤੇ ਲੱਗੂਗਾ ਵੀ ਵੱਡੇ ਵੱਡੇ ਲੀਡਰ ਲਿਆਓ, ਕੈਂਡੀਡੇਟ ਨਾਲ ਖੜਾਓ, ਗਲੀਆਂ ਮੁਹੱਲੇ ਬਾਜ਼ਾਰਾਂ 'ਚ ਰੋਡ ਸ਼ੋਅ ਕਰੋ, ਕੈਂਡੀਡੇਟ ਨੂੰ ਗੱਡੀ ਦੇ ਵਿੱਚ ਖੜਾ ਕਰੋ, ਗਲ 'ਚ ਹਾਰ ਪਾ ਕੇ ਅਤੇ ਉਹਨੂੰ ਤੋਰੀ ਰੱਖੋ, ਜਿਵੇਂ ਸੰਨੀ ਦਿਓਲ ਦੇ ਰੋਡ ਸ਼ੋਅ ਕਰਾਏ ਸੀ ਧਰਮਿੰਦਰ ਉਹਨਾਂ ਨੇ ਗੁਰਦਾਸਪੁਰ 'ਚ। ਦੇਖੋ ਰੋਡ ਸ਼ੋਅ ਇੱਕ ਇੱਦਾਂ ਦਾ ਜ਼ਰੀਆ ਜਿਹਦੇ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਕਰਸ਼ਿਤ ਕਰ ਸਕਦੇ ਹੋ, ਔਰ ਜਦ ਰੋਡ ਸ਼ੋਅ ਵੱਡੇ ਲੀਡਰਾਂ ਦਾ ਹੁੰਦਾ। ਅੱਜ ਵੀ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜਿੱਥੇ ਬਠਿੰਡੇ ਦੇ ਵਿੱਚ ਮੁੱਖ ਮੰਤਰੀ ਦੇ ਰੋਡ ਸ਼ੋਅ ਤੋਂ ਪਹਿਲੇ ਆਮ ਆਦਮੀ ਪਾਰਟੀ ਦੀ ਲੀਡਰਾਂ ਦੀ ਇੱਕ ਟੀਮ ਦੁਕਾਨ ਦੁਕਾਨ ਜਾ ਰਹੀ ਸੀ ਔਰ ਸਾਰੇ ਦੁਕਾਨਦਾਰਾਂ ਨੂੰ ਇਹ ਰਿਕੁਐਸਟ ਕਰ ਰਹੀ ਸੀ ਕਿ ਮੁੱਖ ਮੰਤਰੀ ਦਾ ਰੋਡ ਸ਼ੋਅ ਹੈ, ਇੰਨੇ ਵਜੇ ਤੁਹਾਡੇ ਕੋਲ ਫੁੱਲ ਐਡਵਾਂਸ 'ਚ ਪਹੁੰਚ ਜਾਣਗੇ ਅਤੇ ਮੁੱਖ ਮੰਤਰੀ ਦੇ ਉੱਤੇ ਫੁੱਲ ਬਰਸਾ ਦੇਣਾ, ਅਤੇ ਇੱਦਾਂ ਦੀ ਤਿਆਰੀਆਂ ਸਾਰੀ ਪੋਲੀਟੀਕਲ ਪਾਰਟੀਆਂ ਕਰਦੀਆਂ, ਅਤੇ ਇਸ ਕਰਕੇ ਲੋ। ਹਾਂਜੀ ਤੁਸੀਂ ਕੁਛ ਕਹਿ ਰਹੇ ਸੀਗੇ। ਮੈਨੂੰ ਲੱਗਦਾ ਅੱਜ ਸਮਾਂ ਉਹ ਆ ਗਿਆ ਕਿ ਫੁੱਲਾਂ ਦੀ ਰੇਹੜੀ ਵੀ ਕਿਤੇ ਨਾਲ ਨਾਲ ਨਾ ਜਾਂਦੀ ਹੋਵੇ, ਜਾਂ ਫੁੱਲਾਂ ਦੇ ਲਿਫਾਫੇ ਵੀ ਲੀਡਰਾਂ ਦੇ ਕੋਲੇ ਨਾ ਹੋਣ, ਵੀ ਫੁੱਲ ਵੀ ਦੁਕਾਨਾਂ 'ਚ ਆਪਾਂ ਹੀ ਦਿਆਈਏ, ਵੀ ਸਿੱਟ ਤੁਸੀਂ ਲਈਓ ਦੇ ਅਸੀਂ ਜਾਂਦੇ ਹਾਂ, ਇਹ ਵੀ ਹੋ ਸਕਦਾ। ਨਹੀਂ ਇਹ ਹੈ, ਮੇਰੇ ਕੋਲ ਵੀਡੀਓ ਪਈ ਹੈ ਜਿਹਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹਰ ਦੁਕਾਨ ਦੁਕਾਨ ਜਾ ਰਹੇ ਨੇ ਔਰ ਬਕਾਇਦਾ ਇਹ ਗੱਲ ਕਹਿ ਰਹੇ ਨੇ ਕਿ 4 ਵਜੇ ਸ਼ੋਅ ਹੈਗਾ ਜਾਂ ਉਸ ਤੋਂ ਪਹਿਲੇ ਤੁਹਾਡੇ ਕੋਲ ਫੁੱਲ ਪਹੁੰਚ ਜਾਣਗੇ, ਪਰ ਤੁਸੀਂ ਫੁੱਲ ਉੱਤੇ ਮੁੱਖ ਮੰਤਰੀ ਦੇ ਸੁੱਟ ਦੇਣਾ ਜਾਂ ਜਿੱਦਾਂ ਵੀ ਕਰ ਲੈਣਾ, ਪਰ ਰੋਡ ਸ਼ੋਅ ਇੱਕ ਚੰਗਾ ਜ਼ਰੀਆ ਹੈਗਾ ਜਿਹਦੇ ਰਾਹੀਂ ਤੁਸੀਂ ਲੋਕਾਂ ਨੂੰ ਅਟਰੈਕਟ ਕਰਦੇ ਹੋ। ਪਰ ਰੋਡ ਸ਼ੋਅ ਦਾ ਪ੍ਰਭਾਵੀ ਹੋਣਾ ਕਿਸੇ ਵੀ ਕੈਂਡੀਡੇਟ ਦੀ ਜਿੱਤ ਦੀ ਤਰਫ ਕੋਈ ਸੰਕੇਤ ਨਹੀਂ ਦਿੰਦਾ, ਕਾਰਨ ਕਿ ਰੋਡ ਸ਼ੋਅ ਦੇ ਵਿੱਚ ਇੱਕ ਤਰੀਕੇ ਨਾਲ ਆਪਣੀ ਪਾਰਟੀ ਦੇ ਵਰਕਰਾਂ ਦਾ ਹੀ ਅਮਲਾ ਚਮਲਾ ਹੁੰਦਾ, ਔਰ ਤੁਸੀਂ ਜਦ ਮਾਰਕੀਟ ਤੋਂ ਨਿਕਲਦੇ ਹੋ ਤੇ ਉਸ ਮਾਰਕੀਟ ਦੇ ਵਿੱਚ ਕਿੰਨੇ ਕੁ ਵੋਟਰ ਤੁਹਾਨੂੰ ਦੇਖ ਰਹੇ ਹੁੰਦੇ, ਕਿੰਨੇ ਕੁ ਨਹੀਂ ਦੇਖ ਰਹੇ ਹੁੰਦੇ, ਕਿੰਨੇ ਕੁ ਤੁਹਾਡੇ ਰੋਡ ਸ਼ੋਅ ਤੋਂ ਪ੍ਰਭਾਵਿਤ ਹੁੰਦੇ ਨੇ, ਇਹਨੂੰ ਐਨਾਲਾਈਜ਼ ਕਰਨ ਦੀ ਲੋੜ ਹੈ। ਔਰ ਕਈ ਵਾਰ ਐਨਾਲਾਈਜ਼ ਕਰਨ ਤੋਂ ਬਾਅਦ ਅਸੀਂ ਇਹ ਪਾਇਆ ਕਿ ਰੋਡ ਸ਼ੋਅ ਇੱਕ ਹਵਾ ਬਣਾਉਣ ਦਾ ਕੰਮ ਤੇ ਕਰਦਾ ਹੈ, ਪਰ ਰੋਡ ਸ਼ੋਅ ਦੇ ਰਾਹੀਂ ਵੋਟਰ ਕਨਵਰਟ ਕਰਨ ਵਾਲਾ ਮਾਮਲਾ ਹੋਏ ਉਹ ਕਿਸੇ ਜਗ੍ਹਾ ਤੇ ਨਹੀਂ ਨਜ਼ਰ ਆਉਂਦਾ। ਪਰ ਚਲੋ ਅਲੱਗ ਅਲੱਗ ਤਰੀਕੇ ਹੁੰਦੇ ਆ ਪ੍ਰਚਾਰ ਕਰਨ ਦੇ, ਜਦ ਅਖਬਾਰਾਂ ਦੇ ਵਿੱਚ ਜਾਂ ਟੀਵੀ ਚੈਨਲਾਂ ਦੇ ਵਿੱਚ ਜਦ ਸੁਰਖੀਆਂ ਲੱਗਦੀਆਂ ਨਾ ਕਿ ਵੀ ਰੋਡ ਸ਼ੋਅ ਕੀਤਾ ਫਲਾਣੇ ਵੱਡੇ ਲੀਡਰ ਨੇ, ਤੇ ਉਹਦੇ ਨਾਲ ਇੱਕ ਹਵਾ ਤੇ ਬਣਦੀ। ਦੇਖੋ ਰੋਡ ਸ਼ੋਅ ਜੇ ਕਰਦੀ ਆ ਪੋਲੀਟੀਕਲ ਪਾਰਟੀ ਤੇ ਉਹਨਾਂ ਨੂੰ ਪਤਾ ਹੈ ਕਿ ਭਾਸਕਰ ਸਾਹਿਬ ਵੀ ਸਾਡਾ ਜ਼ਿਕਰ ਤਾਂ ਹੀ ਕਰਨਗੇ। ਹੁਣ ਜਿਹੜੇ ਰੋਡ ਸ਼ੋਅ ਨਹੀਂ ਕਰਦੇ ਭਾਸਕਰ ਸਾਹਿਬ, ਤੁਸੀਂ ਕਦੀ ਉਹਨਾਂ ਦਾ ਨਾਂ ਨਹੀਂ ਲੈਂਦੇ, ਮੈਂ ਵੀ ਦੇਖਿਆ। ਨਹੀਂ ਗੱਲ ਬਿਲਕੁਲ ਠੀਕ ਹੈ ਤੁਸੀਂ, ਮੈਂ ਇੱਕ ਰੋਡ ਸ਼ੋਅ, ਹੁਣ ਸਾਡਾ ਜਿਹੜਾ ਏਰੀਆ ਜਲੰਧਰ ਦੇ ਵਿੱਚ, ਇੱਥੇ ਮੈਂ ਕੋਈ ਵੀ ਕੈਂਡੀਡੇਟ ਕੰਪੇਨ ਕਰਦਾ ਹੋਇਆ ਨਹੀਂ ਦੇਖਿਆ ਹਜੇ ਤੱਕ। ਚਲੋ ਹੁਣ ਤੇ 14 ਤਰੀਕ ਨੂੰ ਸਟੇਜ ਸੱਜ ਜਾਣੀ ਹੈ, 17 ਤਰੀਕ ਨੂੰ ਫਾਈਨਲ ਨੋਮੀਨੇਸ਼ਨ ਵਿਦਡਰਾਅ ਕਰਨ ਦੀ ਡੇਟ ਹੈਗੀ ਹੈ, ਪਰ ਲੱਗਦਾ ਹੈ ਵੀ ਕਿ ਜਦ 25 ਤਰੀਕ ਨੂੰ ਛਟਾ ਗੇੜਾ ਚੋਣਾਂ ਦਾ ਮੁੱਕ ਜਾਏਗਾ ਤੇ 26 ਤਰੀਕ ਤੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਾਰੇ ਲੀਡਰ ਦੂਜੇ ਸੂਬਿਆਂ ਦੇ ਵਿੱਚੋਂ ਵਿਹਲੇ ਵੁਲੇ ਹੋ ਕੇ ਇੱਥੇ ਫਿਰ ਰੋਡ ਸ਼ੋਅ ਤੋਂ ਵੀ ਅਰਜ਼ੀ ਦੇਣਗੇ ਔਰ ਲੋਕਾਂ ਦੇ ਨਾਲ ਸੰਪਰਕ ਅਭਿਆਨ ਬੜੇ ਜ਼ਬਰਦਸਤ ਤਰੀਕੇ ਨਾਲ ਚੱਲਣ ਦੀ ਸੰਭਾਵਨਾ ਹੈਗੀ ਹੈ। ਔਰ ਉਹਨਾਂ ਦਿਨਾਂ ਦੇ ਵਿੱਚ ਹੀ ਅਮਿਤ ਸ਼ਾਹ ਹੋਣਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ, ਰਾਹੁਲ ਗਾਂਧੀ ਹੋਣਾ, ਪ੍ਰਿਯੰਕਾ ਗਾਂਧੀ ਵੀ ਆ ਰਹੀ ਹੈ,
ਲੁਧਿਆਣੇ ਦੇ ਵਿੱਚ। ਇਹ ਵੀ ਇੱਕ ਖਬਰ ਮਿਲੀ ਹੈ ਕਿ ਪ੍ਰਿਯੰਕਾ ਗਾਂਧੀ ਉਹਨਾਂ ਦਾ ਵੀ ਇੱਕ ਰੈਲੀ ਜਾਂ ਰੋਡ ਸ਼ੋ ਉਹ ਲੁਧਿਆਣੇ ਦੇ ਵਿੱਚ ਹੋ ਸਕਦਾ। ਲੁਧਿਆਣੇ ਨੂੰ ਤਵੱਜੋ ਬੜੀ ਜ਼ਬਰਦਸਤ ਦੇ ਰਹੇ ਹੈ ਰਾਹੁਲ ਗਾਂਧੀ ਉਹਨਾਂ ਵੀ, ਔਰ ਦੂਜੇ ਪਾਸੇ ਅਮਿਤ ਸ਼ਾਹ ਉਹਨਾਂ ਵੀ, ਔਰ ਬਿੱਟੂ ਉਹਨਾਂ ਦੀ ਔਰ ਰਾਜਾ ਵੜਿੰਗ ਉਹਨਾਂ ਦੀ ਆ ਲੜਾਈ ਉਹ ਬੜੀ ਦਿਲਚਸਪ ਹੋਣ ਵਾਲੀ ਹੈ ਆਉਣ ਵਾਲੇ ਦਿਨਾਂ ਦੇ। ਦੇਖੋ ਮੈਨੂੰ ਵੀ ਲੱਗਦਾ ਭਾਸਕਰ ਸਾਹਿਬ ਕਿ ਇਕੱਲਾ ਲੁਧਿਆਣਾ ਨਹੀਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਰੋਡ ਸ਼ੋਅ ਜ਼ਰੂਰ ਕੱਢਣਗੇ ਇਸ ਵਾਰ, ਕਿਉਂਕਿ ਆਖਰੀ ਗੇੜ ਦੇ ਵਿੱਚ ਪੂਰਾ ਜ਼ੋਰ ਪੰਜਾਬ ਦੀਆਂ 13 ਸੀਟਾਂ ਐਤਕੀ ਫੈਸਲਾ ਕੁੰਨ ਬਣਨ ਵਾਲੀਆਂ ਨੇ। ਭਾਸਕਰ ਸਾਹਿਬ ਸਿਆਸੀ ਤੌਰ 'ਤੇ ਭਾਵੇਂ ਕਹਿ ਦਿੰਦੇ ਨੇ ਕਿ ਪੰਜਾਬ ਦੀਆਂ ਸਿਰਫ 13 ਸੀਟਾਂ ਨੇ, ਪਰ ਹਰਿਆਣੇ ਨਾਲੋਂ ਅਸੀਂ 3 ਵੱਧ ਹਾਂ, ਇਸ ਕਰਕੇ ਇਸ ਵਾਰ ਪੰਜਾਬ ਦੀਆਂ 13 ਸੀਟਾਂ ਬਹੁਤ ਫੈਸਲਾ ਕੁੰਨ ਬਣਨ ਵਾਲੀਆਂ ਨੇ। ਭਗਵੰਤ ਮਾਨ 13-0 ਦਾ ਟੀਚਾ ਰੱਖ ਕੇ ਬੈਠੇ ਨੇ। ਬੀਜੇਪੀ ਨੂੰ ਲੱਗਦਾ ਅਸੀਂ ਵੀ ਸ਼ਹਿਰਾਂ ਦੇ ਵਿੱਚ ਕਮਾਲ ਕਰਾਂਗੇ, ਸਾਡੀਆਂ ਸੀਟਾਂ ਵੀ ਵਧਣਗੀਆਂ। ਕਾਂਗਰਸ ਨੂੰ ਲੱਗਦਾ ਸਾਡੀ ਰੀਸ ਹੀ ਕੋਈ ਨਹੀਂ, ਕਿਉਂਕਿ ਬਾਜਵਾ ਸਾਹਿਬ ਕਹਿੰਦੇ ਸੀ ਵੀ ਸਾਡੇ ਪਾਸ ਕੈਂਡੀਡੇਟ ਅਨਾਊਂਸ ਹੋ ਜਾਣ ਦਿਓ ਤੁਸੀਂ, ਅਤੇ ਕੈਂਡੀਡੇਟ ਅਨਾਊਂਸ ਹੋ ਗਏ ਅਤੇ ਬਾਜਵਾ ਸਾਹਿਬ ਵੀ ਲੁਧਿਆਣੇ ਡੇਰਾ ਲਾ ਲਿਆ, ਉਹਨਾਂ ਨੇ ਮਕਾਨ ਲੈ ਲਿਆ, ਮੈਂ ਪੋਸਟ ਪੜ੍ਹ ਰਿਹਾ ਸੀ। ਰਾਜਾ ਵੜਿੰਗ ਵੀ ਖੂਬ ਪਾਰਕਾਂ 'ਚ ਜਾ ਰਹੇ ਨੇ, ਕਿਉਂਕਿ ਹੁਣ ਲੀਡਰ ਉੱਥੇ ਜਾਂਦੇ ਨੇ ਜਿੱਥੇ ਲੋਕ ਨੇ। ਦੇਖੋ ਇਹ ਵੀ ਇੱਕ ਮਜਬੂਰੀ ਹੋ ਗਈ ਭਾਜੀ ਪੋਲੀਟੀਕਲ ਪਾਰਟੀਆਂ ਦੀ ਭਾਸਕਰ ਸਾਹਿਬ, ਅਦਰਵਾਈਜ਼ ਲੀਡਰਾਂ ਨੂੰ ਇਹ ਲੱਗਦਾ ਵੀ ਜਿੱਥੇ ਅਸੀਂ ਹੁੰਦੇ ਹਾਂ ਲੋਕ ਉੱਥੇ ਆਉਂਦੇ ਨੇ, ਹੁਣ ਕੰਮ ਉਲਟ ਹੋ ਗਿਆ। ਹੁਣ ਲੀਡਰਾਂ ਨੂੰ ਪਤਾ ਵੀ ਲੋਕ ਸੈਰ ਕਰਨ ਜਾਂਦੇ ਨੇ ਸਵੇਰੇ ਸਵੇਰੇ, ਜਿਵੇਂ ਭਾਸਕਰ ਸਾਹਿਬ ਜਾਂਦੇ ਨੇ ਪਾਰਕ 'ਚ ਸੈਰ ਕਰਨ। ਸੋ ਲੀਡਰ ਸਵੇਰੇ ਸਵੇਰੇ ਪਾਰਕਾਂ 'ਚ ਪਹੁੰਚ ਜਾਂਦੇ ਨੇ, ਅਤੇ ਤੁਸੀਂ ਵੀ ਤਿਆਰੀ ਰੱਖਿਓ ਕੱਲ੍ਹ ਪਰਸੋਂ ਭਾਸਕਰ ਸਾਹਿਬ ਤੁਹਾਡੇ ਨਾਲ ਵੀ ਮੁਲਾਕਾਤ ਕਰਨ, ਕਿਸੇ ਨਾ ਕਿਸੇ ਨੇ ਪਾਰਕ 'ਚ ਹੀ ਆਉਣਾ, ਕਿਉਂਕਿ ਪਤਾ ਲੱਗ ਗਿਆ ਮੇਰੀ ਖਬਰ ਤੋਂ ਵੀ ਤੁਸੀਂ ਸਵੇਰੇ ਸਵੇਰੇ ਸੈਰ ਕਰਨ ਜਾਂਦੇ ਹੋ। ਕਿੰਨੀ ਦੇਰ ਤੁਸੀਂ ਸੈਰ ਕਰਦੇ ਹੋ ਭਾਸਕਰ ਸਾਹਿਬ? ਡੇਢ ਕੁ ਘੰਟਾ ਆਪਾਂ ਸੈਰ ਕਰਦੇ ਹਾਂ, ਔਰ ਸੈਰ ਦੇ ਵਿੱਚ ਕਾਫੀ ਸਾਰੇ ਲੋਕ ਹੁੰਦੇ ਨੇ, ਔਰ ਅਕਸਰ ਗੱਲਾਂ ਪੋਲਿਟਿਕਸ ਦੀ ਹੁੰਦੀ ਹੈ, ਕਿਉਂਕਿ ਜਦ ਬਹੁਤ ਸਾਰੇ ਕੈਂਡੀਡੇਟ ਨੂੰ, ਹੁਣ ਇੱਕ ਕੈਂਡੀਡੇਟ ਦੀ ਮੈਂ ਗੱਲ ਕਰਦਾ, ਔਰ ਉਹ ਕੈਂਡੀਡੇਟ ਸਵੇਰੇ ਪਾਰਕਾਂ ਦੇ ਵਿੱਚ ਕਈ ਵਾਰ ਮੇਰੇ ਖਿਆਲ ਨਾਲ ਹੁਣ ਤੱਕ 5-7 ਵਾਰ ਹੋ ਚੁੱਕੇ ਨੇ ਸਾਡੇ ਪਾਰਕ ਦੇ ਵਿੱਚ, ਕਿਸੇ ਦੂਜੇ ਪਾਰਕ ਦੀ ਗੱਲ ਕਰ ਰਹੇ ਹਾਂ, ਅਤੇ ਉਹਦੇ ਵਿੱਚ ਹੁਣ ਉਹਨਾਂ ਦੇ ਵਰਕਰ ਉਹਨਾਂ ਦੇ ਐਡਵਾਈਜ਼ਰ ਸਮਝਾਉਂਦੇ ਨੇ ਕਿ ਵੀ ਸਿੰਘ ਸਾਹਿਬ ਤੁਸੀਂ ਵਾਰ ਵਾਰ ਉਸੀ ਪਾਰਕ ਦੇ ਵਿੱਚ ਨਾ ਜਾਇਆ ਕਰੋ, ਲੋਕੀ ਵੀ ਤੁਹਾਨੂੰ ਮਿਲ ਮਿਲ ਕੇ ਤੰਗ ਆ ਗਏ ਨੇ, ਉਹ ਪ੍ਰਭਾਵ ਘੱਟ ਹੋ ਜਾਏਗਾ। ਔਰ ਦੂਜੇ ਪਾਸੇ ਫਰੀਦਕੋਟ ਤੋਂ ਇਹ ਖਬਰ ਵੀ ਆਈ, ਕਰਮਜੀਤ ਅਨਮੋਲ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਖਿਆ ਸੀਗਾ ਕਿ ਸੈਰ ਵਾਲਿਆਂ ਨੂੰ ਮਿਲਣ ਦਾ, ਕੁਰਸੀਆਂ ਕੜਤੀਆਂ ਸਾਰੀ ਵਿਛਾ ਕੇ ਰੱਖੀ, ਔਰ ਉਹਨਾਂ ਦਾ ਪ੍ਰੋਗਰਾਮ ਸੀਗਾ 8:15 ਵਜੇ ਦਾ, ਉਸ ਤੋਂ ਪਹਿਲੇ 7 ਵਜੇ ਹੰਸਰਾਜ ਹੰਸਬਾਜੀ ਮਾਰ ਗਏ, ਉਸ ਤੋਂ ਪਹਿਲੇ ਹੀ ਕੁਰਸੀਆਂ ਭਾਵੇਂ ਕਰਮਜੀਤ ਅਨਮੋਲ ਉਹਨਾਂ ਦੀ ਲੱਗੀਆਂ ਸੀਗਾ, ਉਹਨਾਂ ਕੁਰਸੀਆਂ ਦੇ ਉੱਤੇ ਔਰ ਉਹਨਾਂ ਲੋਕਾਂ ਨੂੰ ਮਿਲ ਕੇ 7 ਵਜੇ ਹੰਸਰਾਜ ਹੰਸ ਮਿਲ ਕੇ ਚਲੇ ਵੀ ਗਏ, ਔਰ ਜਦ 8 ਵਜੇ ਕਰਮਜੀਤ ਅਨਮੋਲ ਆਏ ਤਾਂ ਉੱਥੇ ਸੈਰ ਕਰਨ ਵਾਲੇ ਲੋਕ ਹੈਗੇ ਹੀ ਨਹੀਂ ਸੀਗੇ। ਯਾਨੀ ਕਈ ਵਾਰ ਬਾਜੀ ਹੰਸਰਾਜ ਹੰਸ ਉੱਦਾਂ ਦੇ ਘੇਰੇ ਨਜ਼ਰ ਆਉਂਦੇ ਹੈ ਕਿਸਾਨਾਂ ਰਾਹੀਂ, ਪਰ ਕਈ ਵਾਰ ਇੱਦਾਂ ਦੀ ਚੁਸਤੀ ਦਿਖਾ ਜਾਂਦੇ। ਬਿਲਕੁਲ ਠੀਕ ਹੈ, ਚਲੋ ਚੋਣ ਕਮਿਸ਼ਨ ਨੇ ਅਗਰ ਕੁਰਸੀਆਂ ਮੁੱਲ ਦੀਆਂ ਹੋਈਆਂ ਤੇ ਖਰਚਾ ਵੰਡ ਦੂਗਾ ਦੀ ਚੋਣ ਕਮਿਸ਼ਨ ਨੇ ਤੈਅ ਕਰ ਦੇਣਾ। ਅਗਰ ਉਹਨਾਂ ਕੁਰਸੀਆਂ ਦਾ ਕੋਈ ਮੁੱਲ ਨਹੀਂ, ਉਹ ਕੁਰਸੀਆਂ ਉੱਥੋਂ ਦੀਆਂ ਪਾਰਕ ਦੀਆਂ ਹੀ ਹੋਈਆਂ, ਮੁਫਤ ਦੀਆਂ ਹੋਈਆਂ ਕੁਰਸੀਆਂ, ਫਿਰ ਤਾਂ ਚਲੋ ਜਿਹੜਾ ਮਰਜ਼ੀ ਵਰਤੇ ਜੀ, ਕੁਰਸੀ 'ਤੇ ਕਿਹੜਾ ਨਾਂ ਰੱਖਿਆ, ਲੱਖਾਂ ਲੋਕ ਇੱਕ ਇੱਕ ਕੁਰਸੀ 'ਤੇ ਬਹਿ ਕੇ ਨਿਕਲ ਜਾਂਦੇ ਨੇ, ਕੁਰਸੀਆਂ ਨੇ ਵੀ ਬਹੁਤ ਭਾਰ ਝੱਲੇ ਨੇ ਅਤੇ ਕੁਰਸੀਆਂ ਤਕੜੀਆਂ ਵੀ ਹੁੰਦੀਆਂ ਨੇ। ਭਾਸਕਰ ਸਾਹਿਬ ਐਵੇਂ ਨਹੀਂ ਕੁਰਸੀ ਲਈ ਲੜਾਈ ਹੁੰਦੀ, ਲੀਡਰਾਂ ਨੂੰ ਪਾਰਟੀਆਂ ਨਾਲੋਂ ਵੱਧ ਭਰੋਸਾ ਕੁਰਸੀਆਂ ਦਾ, ਇਸੇ ਕਰਕੇ ਕੁਰਸੀ ਨਹੀਂ ਬਦਲਣਾ ਚਾਹੁੰਦੇ, ਪਾਰਟੀ ਬਦਲ ਲੈਂਦੇ ਨੇ, ਕਹਿੰਦੇ ਕੁਰਸੀ ਅਸੀਂ ਐਮ ਪੀ ਵਾਲੀ ਹੋਈ ਰੱਖਣੀ ਹੈ। ਭਾਸਕਰ ਸਾਹਿਬ ਨਵਜੋਤ ਸਿੱਧੂ ਦੀ ਵੀਡੀਓ ਵਰਤ ਗਏ ਆਮ ਆਦਮੀ ਪਾਰਟੀ ਵਾਲੇ, ਇਹ ਜ਼ਰਾ ਕਰੀਓ, ਤੁਸੀਂ ਵੀ ਵੀਡੀਓ ਦੇਖੀ, ਮੈਂ ਵੀ ਦੇਖੀ, ਹੈਰਾਨੀ ਜੀ ਤਾਂ ਮੈਨੂੰ ਵੀ ਬਹੁਤ ਹੋਈ। ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਇੱਕ ਵੀਡੀਓ ਚੱਲਦੀ ਹੈ ਜਿਹਦੇ ਵਿੱਚ ਨਵਜੋਤ ਸਿੱਧੂ ਜਿਹੜੇ ਅੱਜ ਕੱਲ੍ਹ ਕਮੈਂਟਰੀ ਕਰ ਰਹੇ ਨੇ, ਉਹ ਉਹਨਾਂ ਦੀ ਕਮੈਂਟਰੀ ਦਾ ਇੱਕ ਕਲਿੱਪ ਉੱਥੇ ਲਾ ਕੇ, ਬਾਅਦ ਚੋਂ ਭਗਵੰਤ ਮਾਨ ਉਹਨਾਂ ਦਾ ਰੋਡ ਸ਼ੋਅ ਹੈ, ਤੇਰਾ ਯਾਰ ਦਬਨ ਨੂੰ ਫਿਰਦੇ ਦਬਦਾ ਨਹੀਂ ਇੱਦਾਂ ਦਾ ਗਾਣਾ ਵੀ ਲੱਗਦਾ ਉਹਦੇ ਵਿੱਚ, ਔਰ ਉਹ ਕਹਿੰਦੇ ਨੇ ਦੇਖੋ ਇਕੱਲਾ ਜਾ ਰਿਹਾ ਅੰਗਦ ਕਾ ਪੈਰ ਦੀ ਤਰ੍ਹਾਂ, ਕਿਉਂਕਿ ਉਹ ਅਕਸਰ ਪਲੇਅਰਾਂ ਨੂੰ ਵੀ ਇਹੀ ਕਹਿ ਕੇ ਕਹਿੰਦੇ ਨੇ
ਕਿ ਅੰਗਦ ਕੇ ਪੈਰ ਕੀ ਤਰ੍ਹਾਂ ਜੰਮ ਗਿਆ ਹੈ ਕਰੀਜ ਪੇ, ਤੇ ਉਹੀ ਗੱਲ ਉਹ ਕਹਿ ਰਹੇ ਨੇ। ਤੁਸੀਂ ਇਹ ਦੇਖੋ ਕਿ ਇਹਦੇ ਕੀ ਇੰਡੀਕੇਸ਼ਨ ਜਾਂਦੇ ਨੇ। ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਵਾਸਤੇ ਕੈਂਪੇਨ ਕਰਨਗੇ ਨਹੀਂ ਕਰਨਗੇ, ਬੁਲਾਉਣਗੇ ਨਹੀਂ ਬੁਲਾਉਣਗੇ, ਇਹ ਗੱਲਾਂ ਚੱਲ ਰਹੀ ਹੈ। ਅਗਲਿਆਂ ਨੇ ਪਹਿਲੇ ਹੀ ਉਸ ਤੋਂ ਪਹਿਲੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਕਲਿੱਪ ਆਪਣੇ ਕੈਂਪੇਨ ਦੇ ਵਿੱਚ ਯੂਜ਼ ਕਰਕੇ ਇੱਕ ਗੱਲ ਕਾਂਗਰਸੀਆਂ ਨੂੰ ਦਿਖਾ ਦਿੱਤਾ ਵੀ ਤੁਸੀਂ ਕਰੋ ਨਾ ਕਰੋ, ਆਪਾਂ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਇਸ ਕਲਿੱਪਿੰਗ ਨੂੰ ਯੂਜ਼ ਕਰਕੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਸਾਥ ਆਪਣੇ ਨਾਲ ਦਿਖਾ ਦਿੱਤਾ। ਕਈ ਵਾਰ ਵੋਟਰਾਂ ਨੂੰ ਨਹੀਂ ਪਤਾ ਲੱਗਦਾ ਕਿ ਵੀ ਇਹ ਨਵਜੋਤ ਸਿੰਘ ਸਿੱਧੂ ਉਹਨਾਂ ਕਿਉਂ ਕੈਂਪੇਨ ਕਰ ਰਹੇ ਨੇ ਭਗਵੰਤ ਮਾਨ ਉਹਨਾਂ ਦਾ, ਪਰ ਉਹਨਾਂ ਨੂੰ ਇਹ ਵੀ ਇੰਡੀਕੇਸ਼ਨ ਲੱਗਦਾ ਕਿ ਇਹ ਵੀ ਗਲਤ ਫਹਿਮੀ ਲੈ ਜਾਂਦੇ ਨੇ ਕਿ ਨਵਜੋਤ ਸਿੰਘ ਸਿੱਧੂ ਹੁਣ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਕਾਂਗਰਸੀਆਂ ਵਾਸਤੇ ਇਹ ਕੈਂਪੇਨ ਕਰਦੇ। ਹੁਣ ਘੱਟ ਤੋਂ ਘੱਟ ਜੇ ਸਿੱਧੂ ਉਹਨਾਂ ਨੂੰ ਨਹੀਂ ਵੀ ਬੁਲਾਉਣਾ ਤੇ ਘੱਟ ਕਾਂਗਰਸੀ ਘੱਟ ਤੋਂ ਘੱਟ ਉਹਨਾਂ ਦੀ ਫੋਟੋ ਫਾਟੋ ਉਹਨਾਂ ਦੀ ਕਲਿੱਪਿੰਗ ਕਲੁਪਿੰਗ ਯੂਜ਼ ਕਰਨ ਦਾ ਆਈਡੀਆ ਘੱਟ ਤੋਂ ਘੱਟ ਆਮ ਆਦਮੀ ਪਾਰਟੀ ਤੋਂ ਲੈ ਲੈਣ, ਇੱਦਾਂ ਦੀ ਗੱਲਾਂ ਹੈਗੀਆਂ। ਪਰ ਨਵਜੋਤ ਸਿੰਘ ਸਿੱਧੂ ਹੁਣ ਇਸ ਆਪਣੀ ਯੂਜ਼ ਕੀਤੀ ਹੋਈ ਕਲਿੱਪਿੰਗ ਦੇ ਉੱਤੇ ਕਿੱਦਾਂ ਰਿਐਕਟ ਕਰਦੇ ਨੇ, ਗੁੱਸੇ ਹੁੰਦੇ ਨੇ, ਖੁਸ਼ ਹੁੰਦੇ ਨੇ, ਹੱਸਦੇ ਨੇ ਜਾਂ ਫਿਰ ਕੁਛ ਹੋਰ ਗੱਲ ਕਰਦੇ ਨੇ, ਇਹ ਤੇ ਉਹਨਾਂ ਦੇ ਕਮੈਂਟ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਫਿਲਹਾਲ ਸਮਾਰਟਲੀ ਪਲੇ ਕਰ ਗਏ ਆਮ ਆਦਮੀ ਪਾਰਟੀ ਵਾਲੇ। ਪਰ ਭਾਸਕਰ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਰਿਐਕਸ਼ਨ ਦਾ ਤਾਂ ਇੰਤਜ਼ਾਰ ਰਹੇਗਾ, ਪਰ ਮੇਰਾ ਇਹ ਮੰਨਣਾ ਹੈ ਭਾਸਕਰ ਸਾਹਿਬ ਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਇਹ ਵੀਡੀਓ ਵਰਤੀ ਹੈ, ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿ ਰਹੇ ਨੇ ਉਹ ਐਜ਼ ਏ ਕਮੈਂਟੇਟਰ ਕਹਿ ਰਹੇ ਨੇ, ਐਜ਼ ਏ ਪੋਲੀਟੀਕਲ ਲੀਡਰ ਤਾਂ ਨਹੀਂ ਕਹਿ ਰਹੇ। ਸੋ ਐਜ਼ ਏ ਕਮੈਂਟੇਟਰ ਕਈ ਉਹਨਾਂ ਦੀ ਗੱਲ ਜਿਹੜੀ ਵਰਤੀ ਹੈ ਆਮ ਆਦਮੀ ਪਾਰਟੀ ਨੇ ਕਿ ਕਾਂਗਰਸੀ ਪ੍ਰਤਾਪ ਬਾਜਵਾ, ਰਾਜਾ ਵੜਿੰਗ, ਦਵਿੰਦਰ ਯਾਦਵ, ਕਾਂਗਰਸ ਦੇ ਲੀਡਰ ਕੋਈ ਰਿਐਕਸ਼ਨ ਦੇਣਗੇ ਇਹਦੇ 'ਤੇ। ਜਾਂ ਮੈਂ ਇਹ ਵੀ ਕਹਾਂ ਕਿ ਕਾਂਗਰਸ ਦੇ ਲੀਡਰ ਰਾਜਾ ਵੜਿੰਗ ਹੋ ਗਏ, ਦਵਿੰਦਰ ਯਾਦਵ, ਪ੍ਰਤਾਪ ਬਾਜਵਾ, ਇਹ ਅਤਿ ਉਤਸ਼ਾਹ 'ਚ ਰਹਿ ਗਏ ਵੀ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਸਾਡੀ ਕਹੂਗੀ ਜਾਂ ਲੀਡਰ ਜਦੋਂ ਕਹਿਣਗੇ ਤੇ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰਨ ਆਉਣਗੇ। ਸ਼ਾਇਦ ਇਹ ਨਹੀਂ ਸਮਝ ਸਕੇ ਕਿ ਨਵਜੋਤ ਸਿੱਧੂ ਕਿਹੜੀ ਮਿੱਟੀ ਦਾ ਬਣਿਆ, ਉਹ ਅਗਰ ਸਟੈਂਡ ਲੈ ਜੇ ਤੇ ਛੇਤੀ ਛੇਤੀ ਮੁੜਦਾ ਨਹੀਂ ਜਦ ਤੱਕ ਉਹਦੇ ਪਿੱਛੇ ਕੋਈ ਉਦੇਸ਼ ਨਾ ਹੋਵੇ। ਬਿਨਾਂ ਉਦੇਸ਼ ਤੋਂ ਨਵਜੋਤ ਸਿੱਧੂ, ਜਿਹਦੇ ਵਿੱਚ ਉਦੇਸ਼ ਵੀ ਉਹ ਜਿਹਦੇ 'ਚ ਪੰਜਾਬ ਦਾ ਭਲਾ ਹੋਵੇ, ਸੋ ਪੰਜਾਬ ਦੇ ਭਲੇ ਦੇ ਕਿਸੇ ਉਦੇਸ਼ ਤੋਂ ਨਵਜੋਤ ਸਿੱਧੂ ਮੁੜਦਾ ਨਹੀਂ। ਖਾਸ ਕਰ ਅਗਰ ਕਰੀਏ ਗੱਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ, ਰਾਜਾ ਵੜਿੰਗ ਉਹਨਾਂ ਦੀ, ਚਰਨਜੀਤ ਸਿੰਘ ਚੰਨੀ ਉਹਨਾਂ ਦੀ, ਹੋਰ ਇੱਕ ਦੋ ਲੀਡਰ ਹੋਰ ਨਾ ਲੈ ਲਓ, ਜੇ ਇਹ ਇਸ ਗੱਲ ਦੇ ਉੱਤੇ ਓਬਜੈਕਟ ਕਰਨਗੇ ਕਿ ਨਹੀਂ ਕਰਨਗੇ, ਅਗਰ ਇਸ ਗੱਲ ਨੂੰ ਐਨਾਲਾਈਜ਼ ਕੀਤਾ ਜਾਏ, ਪ੍ਰਤਾਪ ਸਿੰਘ ਬਾਜਵਾ ਉਹਨਾਂ ਕੀ ਕਹਿਣਗੇ ਵੀ ਭਗਵੰਤ ਮਾਨ ਉਹਨਾਂ ਨੇ ਸਾਡੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਉਸ ਕਲਿੱਪ ਨੂੰ ਗਲਤ ਤਰੀਕੇ ਨਾਲ ਯੂਜ਼ ਕੀਤਾ, ਔਰ ਨਾਲ ਦੇ ਨਾਲ ਉਹਨਾਂ ਨੂੰ ਇਹ ਵੀ ਕਹਿਣਾ ਪਏਗਾ ਕਿ ਅਸੀਂ ਤਾਂ ਯੂਜ਼ ਕੀਤਾ ਨਹੀਂ, ਤੁਸੀਂ ਕਿੱਦਾਂ ਕਰ ਲਿਆ। ਔਰ ਦੂਜੇ ਪਾਸੇ ਰਾਜਾ ਵੜਿੰਗ ਉਹਨਾਂ ਕੀ ਕਹਿਣਗੇ ਕਿ ਨਵਜੋਤ ਸਿੰਘ ਸਿੱਧੂ ਜੀ ਤੁਹਾਡੀ ਕਲਿੱਪਿੰਗ ਨਾਲ ਹੀ ਇੱਕ ਇਫੈਕਟ ਅਗਰ ਉੱਥੇ ਪੈ ਰਿਹਾ ਤੇ ਤੁਸੀਂ ਆਪ ਆ ਕੇ ਸਾਡੇ ਵਾਸਤੇ ਕੈਂਪੇਨ ਕਰੋ, ਇੱਦਾਂ ਦੀ ਬਿਲਕੁਲ ਆਸ ਨਹੀਂ ਹੈ, ਕਿਉਂਕਿ ਰਾਜਾ ਵੜਿੰਗ ਉਹਨਾਂ ਆਪ ਬੁਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਉਣ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜਿਹੜਾ ਮੇਰਾ ਬਾਈ ਤੇਰਾ ਬਾਈ ਵਾਲੀ ਗੱਲ ਉਹਨਾਂ ਦੇ ਮੁੱਖ ਮੰਤਰੀ ਬਾਅਦ ਤੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਚੱਲੀ ਸੀਗੀ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਬੁਲਾਉਣਗੇ ਆਪਣੀ ਕੈਂਪੇਨ ਦੇ ਵਾਸਤੇ, ਇਹਦੀ ਵੀ ਕੋਈ ਆਸ ਨਹੀਂ। ਹਾਂ, ਔਜਲਾ ਸਾਹਿਬ ਕਈ ਵਾਰ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ 2-3 ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਮੇਰੇ ਵਾਸਤੇ ਕੈਂਪੇਨ ਕਰਨਗੇ। ਹੁਣ ਕਦੋਂ ਕਿਹਦੇ ਵਾਸਤੇ ਕੈਂਪੇਨ ਕਰਨਗੇ? ਡਾਕਟਰ ਧਰਮਵੀਰ ਗਾਂਧੀ ਉਹਨਾਂ ਦੇ ਨਾਲ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਕਾਫੀ ਨਜ਼ਦੀਕੀ ਹੈ, ਉਹਨਾਂ ਵਾਸਤੇ ਕੈਂਪੇਨ ਕਰਦੇ ਹੋਏ ਨਜ਼ਰ ਆ ਸਕਦੇ ਨੇ, ਬਸ਼ਰਤੇ ਸੂਬੇ ਦੀ ਲੀਡਰਸ਼ਿਪ ਜਾਂ ਫਿਰ ਹਾਈਕਮਾਨ ਉਹਨਾਂ ਨੂੰ ਚੇਚੇ ਤੌਰ 'ਤੇ ਇਹ ਸੱਦੇ ਕਿ ਵੀ ਤੁਸੀਂ ਪੰਜਾਬ ਦੇ ਵਿੱਚ ਕੈਂਪੇਨ ਕਰੋ, ਫਿਰ 2-4 ਦਿਨ ਉਹ ਕੱਢ ਕੇ ਉਹ ਆ ਵੀ ਸਕਦੇ ਨੇ ਕੈਂਪੇਨ ਕਰਨ। ਪਰ ਚਲੋ ਸੱਦੇ ਤੇ ਸਹੀ, ਕਿਉਂ? ਕਿਉਂਕਿ ਨਵਜੋਤ ਸਿੰਘ ਸਿੱਧੂ ਅਕਸਰ ਕਹਿੰਦੇ ਨੇ ਕਿ ਮੈਂ ਬਗੈਰ ਸੱਦੇ ਤੇ ਦਰਬਾਰ ਸਾਹਿਬ ਜਾਂ ਮੰਦਿਰ ਤੋਂ ਇਲਾਵਾ ਕਿਸੇ ਵੀ ਜਗ੍ਹਾ ਨਹੀਂ ਜਾਣਾ। ਭਾਸਕਰ ਸਾਹਿਬ, ਇਹ ਵੀ ਹੋ ਸਕਦਾ ਕਿ 2-4 ਲੀਡਰ ਕਾਂਗਰਸ ਪਾਰਟੀ ਦੇ ਫਿਰ ਕਿਤੇ ਸ਼ਿਕਾਇਤ ਹੀ ਨਾ ਕਰ ਦੇਣ ਹਾਈਕਮਾਂਡ ਨੂੰ
ਵੀ ਨਵਜੋਤ ਸਿੰਘ ਸਿੱਧੂ ਦੀ ਕਲਿੱਪ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਵਰਤ ਲਈ ਜੀ, ਭਾਵੇਂ ਇਹਦੇ 'ਚ ਨਵਜੋਤ ਸਿੰਘ ਸਿੱਧੂ ਨੂੰ ਤਾਂ ਪਤਾ ਵੀ ਨਹੀਂ ਹੋਣਾ, ਨਵਜੋਤ ਸਿੰਘ ਸਿੱਧੂ ਦਾ ਇਹਦੇ 'ਚ ਕਸੂਰ ਕੋਈ ਨਹੀਂ, ਪਰ ਫਿਰ ਵੀ ਸ਼ਿਕਾਇਤ ਵੀ ਕਰ ਸਕਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਦੋ ਚਾਰ ਲੀਡਰ ਇਹੋ ਜਿਹੇ ਹੈ, ਜੇ ਨਵਜੋਤ ਸਿੰਘ ਸਿੱਧੂ ਛਿੱਕ ਵੀ ਮਾਰੇ ਤੇ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਵੀ ਭਾਈ ਨਵਜੋਤ ਸਿੱਧੂ ਨੇ ਛਿੱਕ ਕਿਉਂ ਮਾਰਤੀ, ਸਿੱਧੂ ਨੂੰ ਯਾਦ ਕੌਣ ਕਰਦਾ, ਪਤਾ ਕਰੋ। ਚਲੋ ਗੱਲ ਅੱਗੇ ਵੱਧਦੇ ਹਾਂ। ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਪੰਜਾਬ ਦੇ ਵਿੱਚ ਰਾਜਨੀਤੀ 'ਚ ਹੋਣ ਜਾਂ ਕਮੈਂਟਰੀ 'ਚ ਹੋਣ ਜਾਂ ਕਿਸੇ ਵੀ ਪੰਜਾਬ ਦੇ ਪ੍ਰਤੀ ਜਾਂ ਆਪਣੇ ਸਮਾਜ ਦੇ ਪ੍ਰਤੀ ਜਾਂ ਆਪਣੇ ਪਰਿਵਾਰ ਦੇ ਪ੍ਰਤੀ ਕਰਮ 'ਚ ਹੋਣ, ਹਮੇਸ਼ਾ ਸੁਰਖੀਆਂ 'ਚ ਰਹਿੰਦੇ ਨੇ। ਇੱਕ ਵਾਰੀ ਦੁਬਾਰਾ 24 ਦੀਆਂ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਸਾਨੂੰ ਨਜ਼ਰ ਆਉਣੀ ਹੈ, ਕਿਉਂਕਿ ਜਦੋਂ ਕ੍ਰਿਕਟ ਦੀ ਕਮੈਂਟਰੀ ਮੁੱਕ ਗਈ ਨਵਜੋਤ ਸਿੱਧੂ ਨੇ ਫਿਰ ਪੰਜਾਬ 'ਚ ਆ ਜਾਣਾ। ਬੜੀ ਦਿਲਚਸਪ ਰਹੇਗੀ ਸਿਆਸਤ 24 ਤੋਂ ਬਾਅਦ, ਕਿਉਂਕਿ ਗੱਲ ਦੇਖਣ ਵਾਲੀ ਇਹ ਰਹੂਗੀ ਕਿ ਨਵਜੋਤ ਸਿੱਧੂ ਕਹਿੰਦਾ ਸੀ ਇੰਡੀਆ ਗੱਠਜੋੜ ਪੰਜਾਬ 'ਚ ਹੋ ਜੇ ਅਤੇ ਕਾਂਗਰਸ ਦੇ ਕਈ ਲੀਡਰ ਮੌਜੂਦਾ ਸੰਗਠਨ ਦੇ ਅਗਵਾਈ ਕਰਨ ਵਾਲੇ ਲੀਡਰ ਕਹਿੰਦੇ ਸੀ ਲੋੜ ਨਹੀਂ। ਹੁਣ 4 ਜੂਨ ਤੋਂ ਬਾਅਦ ਭਾਸਕਰ ਸਾਹਿਬ ਪਤਾ ਲੱਗ ਜੂਗਾ ਕਿ ਬਾਜਵਾ ਵੜਿੰਗ ਦਵਿੰਦਰ ਚੌਧਰੀ ਜੋ ਕਹਿੰਦੇ ਸੀ, ਦਵਿੰਦਰ ਯਾਦਵ ਜੋ ਕਹਿੰਦੇ ਸੀ ਕਿ ਉਹ ਪੰਜਾਬ ਲਈ ਸਹੀ ਸੀ ਜਾਂ ਜੋ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਉਹ ਸਹੀ ਸੀ। ਸੋ 4 ਜੂਨ ਦੀ ਸ਼ਾਮ ਨੂੰ ਆਪਾਂ ਨਿਤਾਰਾ ਕਰਾਂਗੇ ਕਿ ਦੋਨਾਂ ਦੇ ਵਿੱਚੋਂ ਪੰਜਾਬ ਦੇ ਲਈ ਸਹੀ ਗੱਲ ਕੌਣ ਕਰ ਰਿਹਾ ਸੀ। ਇਹ ਬੜੇ ਦਿਲਚਸਪ ਰਹਿਣਗੇ ਅੰਕੜੇ ਜਦੋਂ ਵੀ ਸਾਡੇ ਕੋਲ ਆਉਂਦੇ ਨੇ। ਅਖੀਰ 'ਚ ਭਾਸਕਰ ਸਾਹਿਬ, ਜੇ 3-4 ਮਿੰਟਾਂ ਦੇ ਵਿੱਚ ਤੁਸੀਂ ਰਿਵਿਊ ਕਰ ਦਿਓ, ਇਸ ਵਕਤ ਪੰਜਾਬ 'ਚ ਬਿਕਰਮ ਮਜੀਠੀਆ ਪਹੁੰਚ ਗਿਆ ਬਠਿੰਡੇ, ਬਿਕਰਮ ਮਜੀਠੀਆ ਖੁੱਲ੍ਹ ਕੇ ਨਰਿੰਦਰ ਮੋਦੀ ਔਰ ਭਗਵੰਤ ਮਾਨ 'ਤੇ ਰਗੜੇ ਲਾ ਰਹੇ ਨੇ, ਭਗਵੰਤ ਮਾਨ ਹਰ ਜਗ੍ਹਾ ਬਾਦਲਾਂ ਨੂੰ ਨਿੰਦ ਰਹੇ ਨੇ, ਔਰ ਬੀਬੀ ਪਰਮਪਾਲ ਕੌਰ ਸਿੱਧੂ ਕਹਿੰਦੀ ਮੈਂ ਤਾਂ ਕਾਗਜ਼ ਭਰੂੰਗੀ, ਮੈਂ ਰਿਟਾਇਰ ਹੋ ਗਈ ਹਾਂ, ਮੈਂ ਵਾਪਸ ਡਿਊਟੀ ਨਹੀਂ ਜੁਆਇਨ ਕਰਨੀ। ਦੇਖੋ, ਜਿੱਥੇ ਤੱਕ ਪਰਮਪਾਲ ਕੌਰ ਮਲੂਕਾ ਉਹਨਾਂ ਦੀ ਗੱਲ ਹੈਗੀ ਹੈ, ਉਹਨਾਂ ਨੇ ਸਾਫ਼ ਤੌਰ 'ਤੇ ਇਹ ਗੱਲ ਕੀਤੀ ਕਿ ਮੈਂ ਇਲੈਕਸ਼ਨ ਲੜੂੰਗੀ, ਸਰਕਾਰ ਨੇ ਜੋ ਕਰਨਾ, ਸੂਬੇ ਦੀ ਸਰਕਾਰ ਨੇ ਜੋ ਕਰਨਾ ਕਰੇ। ਮੈਨੂੰ ਲੱਗਦਾ ਕਿ ਉਹਨਾਂ ਦੀ ਸੈਂਟਰਲ ਗੌਰਮੈਂਟ ਦੇ ਨਾਲ ਗੱਲਬਾਤ ਹੋ ਗਈ ਹੈ, ਔਰ ਹੁਣ ਮਲੂਕਾ ਮੈਡਮ ਦਾ ਕੇਸ ਸੈਂਟਰ ਗੌਰਮੈਂਟ ਉਹ ਸੂਬੇ ਦੀ ਸਰਕਾਰ ਦੇ ਨਾਲ ਟੇਕਅਪ ਕਰ ਰਹੀ ਹੈ, ਔਰ ਉੱਥੋਂ ਸੈਂਟਰ ਤੋਂ ਵੀ ਉਹਨਾਂ ਨੂੰ ਇਹੀ ਮੈਸੇਜ ਆਇਆ ਵੀ ਤੁਸੀਂ ਇਲੈਕਸ਼ਨ ਦੀ ਕੈਂਪੇਨ ਕਰੋ, ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ, ਹੁਣ ਆਪਾਂ ਤੁਹਾਡੇ ਵਾਸਤੇ ਲੜਾਂਗੇ। ਔਰ ਜਿੱਥੇ ਤੱਕ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਵਾਸਤੇ ਕੈਂਪੇਨ ਕਰਨ ਦੀ ਗੱਲ ਹੈਗੀ ਹੈ, ਇਸ ਗੱਲ ਦੀ ਉਮੀਦ ਸੀਗੀ, ਬਲਕਿ ਬਠਿੰਡੇ ਦੇ ਲੋਕ ਤਾਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਕਿ ਅਗਰ ਵਿਕਰਮ ਸਿੰਘ ਮਜੀਠੀਆ ਉਹਨਾਂ ਇੱਥੇ ਆਉਂਦੇ ਨੇ ਤੇ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਕੈਂਪੇਨ ਨੂੰ ਪੂਰਾ ਬਲ ਮਿਲੇਗਾ। ਔਰ ਜਦ ਸੁਖਬੀਰ ਸਿੰਘ ਬਾਦਲ ਉਹਨਾਂ ਇਹ ਗੱਲ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਇਸ ਕਰਕੇ ਇਲੈਕਸ਼ਨ ਦੀ ਟਿਕਟ ਨਹੀਂ ਦਿੱਤੀ ਗਈ ਜਾਂ ਨਹੀਂ ਲੜਾਇਆ ਗਿਆ, ਕਿਉਂਕਿ ਅਗਰ ਉਹਨਾਂ ਨੂੰ ਲੜਾਂਦੇ ਤਾਂ ਬਠਿੰਡੇ ਜਾਂ ਹੋਰ ਅਕਾਲੀ ਦਲ ਦੇ ਕੈਂਡੀਡੇਟਸ ਵਾਸਤੇ ਕੌਣ ਕੈਂਪੇਨ ਜਾਂ ਲੜਾਊਗਾ ਕੌਣ। ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਮੈਂ ਸੁਣ ਰਿਹਾ ਸੀਗਾ ਇੱਕ ਵੀਡੀਓ ਦੇ ਵਿੱਚ, ਸ਼ਾਇਦ ਕੱਲ੍ਹ ਦੀ ਹੀ ਉਹ ਵੀਡੀਓ ਹੈ, ਉਹਦੇ ਵਿੱਚ ਇੱਕ ਸਭਾ ਦੇ ਵਿੱਚ ਉਹ ਗੱਲ ਕਹਿੰਦੇ ਨੇ ਕਿ ਜਦੋਂ ਹੀ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਵਾਲੇ ਤਲਵੀਰ ਗਿੱਲ ਉਹਨਾਂ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ, ਕਹਿੰਦੇ ਉਹਨਾਂ ਨੇ ਆਪਣੀ ਯਾਤਰਾ ਰੋਕ ਲਈ ਅਤੇ ਗੱਡੀ ਦੇ ਵਿੱਚ ਜਿੰਨੇ ਵੀ ਟੈਂਪੂ ਪਏ ਸੀ ਨਾ, ਜਿੰਨੇ ਵੀ ਲੱਡੂ ਪਏ ਸੀਗੇ, ਸੋਰੀ ਟੈਂਪੂ ਮੇਰੇ ਮੂੰਹ 'ਚੋਂ ਨਿਕਲ ਗਿਆ, ਲੱਡੂ ਪਏ ਸੀ ਮੈਂ ਉੱਥੇ ਵੰਡਤੇ ਅਤੇ ਸਾਰਿਆਂ ਨੇ ਪੁੱਛਿਆ ਵੀ ਵੰਡ ਕੇ ਉਹ, ਕਹਿੰਦੇ ਤਲਵੀਰ ਗਿੱਲ ਤੋਂ ਖਹਿੜਾ ਛੁੱਟਿਆ। ਔਰ ਵਿਕਰਮ ਸਿੰਘ ਮਜੀਠੀਆ ਉਹਨਾਂ ਵੀ ਉਸ ਸਟੇਜ 'ਤੇ ਬੈਠੇ ਹੁੰਦੇ ਨੇ ਕਿ ਵਿਕਰਮ ਜੀ ਜੇ ਕਿਤੇ ਤੁਹਾਡੀ ਆਸਾ, ਕਹਿੰਦੇ ਸਾਨੂੰ ਜਾਂ ਸਾਡੀ ਪਾਰਟੀ ਦੇ ਵਿੱਚ ਸੀਗਾ ਅਤੇ ਇਹ 9 ਵਜੇ ਤੋਂ ਬਾਅਦ ਫੋਨ ਕਰਕੇ ਬਹੁਤ ਪਰੇਸ਼ਾਨ ਕਰਦਾ ਸੀਗਾ, ਰਾਤ ਨੂੰ ਕਈ ਵਾਰ ਕੋਈ ਗੱਲ ਕਹਿੰਦਾ ਸੀਗਾ, ਸਵੇਰੇ ਉਸ ਗੱਲ ਦੇ ਅਗੇਂਸਟ ਗੱਲਾਂ ਕਰਨੀ ਸ਼ੁਰੂ ਕਰ ਦਿੰਦਾ ਸੀਗਾ ਅਤੇ ਸਾਡਾ ਖਹਿੜਾ ਛੁੱਟਿਆ ਔਰ ਅਸੀਂ ਲੱਡੂ ਵੰਡ ਕੇ, ਔਰ ਜੇ ਵਾਪਸ ਵੀ ਆਉਣਾ ਚਾਹੇਗਾ ਨਾ ਕਦੀ, ਤਦ ਵੀ ਆਪਾਂ ਉਹਨੂੰ ਵਾਪਸ ਕਦੀ ਵੀ ਨਹੀਂ ਲਵਾਂਗੇ, ਕਿਉਂਕਿ ਭਗਵੰਤ ਮਾਨ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦਾ ਦਿਲ ਨਹੀਂ ਲੱਗੇਗਾ, ਜਿੰਨਾ ਕੁ ਆਪਾਂ ਲਾਡ ਪਿਆਰ ਨਾਲ ਰੱਖਿਆ ਸੀਗਾ, ਉਹ ਭਗਵੰਤ ਮਾਨ ਉਹਨਾਂ ਦੀ ਗੱਲ ਉਸ ਤਰੀਕੇ ਨਾਲ ਨਹੀਂ ਸੁਣਨਗੇ। ਪਰ ਚਲੋ ਇਹ ਤਾਂ ਗੱਲਾਂ ਹੈਗੀਆਂ, ਲੱਡੂ ਵੰਡੇ ਨਹੀਂ ਵੰਡੇ,
ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਕੈਂਡੀਡੇਟ ਬਣਾਏ ਸੀ ਨਾ ਆਮ ਆਦਮੀ ਅਕਾਲੀ ਦਲ ਨੇ, ਉਹ ਹਰਦੀਪ ਸਿੰਘ ਬੁਟੇਲਾ, ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਔਰ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਰਾਸਤਾ ਇੱਕ ਵਾਰ ਹੋਰ ਭਰੂਆ ਜਿਹਾ ਲੱਗਦਾ ਹੈ, ਔਰ ਅੱਗੇ ਚੱਲ ਕੇ ਇੱਦਾਂ ਦੇ ਹੋਰ ਲੀਡਰ ਵੀ ਜੁਆਇਨ ਕਰ ਸਕਦੇ ਨੇ, ਇੱਦਾਂ ਦੀ ਵੀ ਅਟਕਲਾਂ ਹੈਗੀ। ਔਰ ਪਾਸਟਰ ਸਾਹਿਬ, ਮੈਨੂੰ ਲੱਗਦਾ ਕਿ ਅਸੀਂ ਲੀਡਰਾਂ ਦੀਆਂ ਗੱਲਾਂ 'ਤੇ ਨਾ ਭਰੋਸਾ ਕਰੀਏ, ਉਹਨਾਂ ਦੇ ਕਰਮਾਂ 'ਤੇ ਭਰੋਸਾ ਕਰੀਏ। ਦੋ ਤਿੰਨ ਦਿਨ ਪਹਿਲਾਂ ਚੰਡੀਗੜ੍ਹ ਦੇ ਅਕਾਲੀ ਦਲ ਛੱਡਣ ਵਾਲੇ ਲੀਡਰ ਕਹਿ ਰਹੇ ਸੀ ਕਿ ਮੈਂ ਕੋਈ ਪਾਰਟੀ ਜੁਆਇਨ ਨਹੀਂ ਕਰ ਰਿਹਾ, ਅਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਇਹਦਾ ਮਤਲਬ ਹੈ ਅਸੀਂ ਉਹਨਾਂ ਦੀਆਂ ਗੱਲਾਂ 'ਤੇ ਭਰੋਸਾ ਨਾ ਕਰੀਏ, ਕਰਮ 'ਤੇ ਭਰੋਸਾ ਕਰੀਏ ਕਿ ਹਾਂ ਉਹਨਾਂ ਨੇ ਪਾਰਟੀ ਜੁਆਇਨ ਕਰ ਲਈ। ਇਸੇ ਤਰ੍ਹਾਂ ਤਲਵੀਰ ਗਿੱਲ, ਬਿਕਰਮ ਮਜੀਠੀਆ, ਸੁਖਬੀਰ ਗਿੱਲ, ਆਪਾਂ ਗੱਲਾਂ 'ਤੇ ਭਰੋਸਾ ਨਾ ਕਰਿਆ ਕਰੀਏ ਭਾਸਕਰ ਸਾਹਿਬ, ਆਪਾਂ ਭੋਲੇ ਭਾਲੇ ਬੰਦੇ ਹਾਂ, ਆਪਾਂ ਕਰਮ 'ਤੇ ਭਰੋਸਾ ਕਰਿਆ ਕਰੀਏ। ਹੁਣ ਲੱਡੂਆਂ ਦੀ ਗੱਲ ਵੀ, ਹੁਣ ਪਤਾ ਨਹੀਂ ਲੱਡੂ ਵੰਡੇ ਜਾਂ ਨਹੀਂ ਵੰਡੇ, ਕਈ ਵਾਰੀ ਲੀਡਰ ਲੱਡੂ ਵੰਡੇ ਨਹੀਂ ਹੁੰਦੇ, ਕਹਿ ਦਿੰਦੇ ਨੇ ਅਸੀਂ ਲੱਡੂ ਵੰਡੇ। ਉਂਝ ਤਲਵੀਰ ਗਿੱਲ ਨੇ ਵੀ ਦੱਬ ਕੇ ਇਲਜ਼ਾਮ ਲਾਏ ਨੇ ਆਮ ਆਦਮੀ ਪਾਰਟੀ 'ਤੇ। ਹੁਣ ਇਹ ਤਾਂ ਦੇਖੋ ਜੀ, ਜਾਂ ਤਾਂ ਤਲਵੀਰ ਗਿੱਲ, ਬਿਕਰਮ ਮਜੀਠੀਆ ਜਾਣਨ ਜਾਂ ਰੱਬ ਜਾਣੇ। ਆਪਾਂ ਦਾ ਭਾਸਕਰ ਸਾਹਿਬ, ਸੁਣੀ ਸੁਣਾਈ ਗੱਲ ਹੈ, ਮਾੜੀ ਮੋਟੀ ਜਦੋਂ ਕੰਨਾਂ 'ਚ ਪੈਂਦੀ ਹੈ ਆਪਾਂ ਮਹਿਸੂਸ ਕਰਨ ਲੱਗ ਜਾਂਦੇ ਹਾਂ, ਪਰ ਲੀਡਰ ਨਹੀਂ ਮਹਿਸੂਸ ਕਰਦੇ। ਲੀਡਰ ਆਪਣਾ ਕਰਮ ਕਰਦੇ ਰਹਿੰਦੇ ਨੇ, ਅਸੀਂ ਅਗਲੇ ਕਰਮ ਲੀਡਰਾਂ ਦੇ ਦੇਖੀਏ। ਪਰ ਉਸ ਤੋਂ ਪਹਿਲਾਂ ਬਿਕਰਮ ਮਜੀਠੀਆ ਦੀ ਗੱਲ ਦੱਸ ਦਿਓ। ਬਿਕਰਮ ਮਜੀਠੀਆ ਕਹਿੰਦੇ ਬਹੁਤ ਕਾਹਲੀ ਕਾਹਲੀ 'ਚ ਪ੍ਰਚਾਰ ਕਰ ਰਹੇ ਨੇ, ਹੁਣ ਕਹਿੰਦੇ ਟੀਚਾ ਲੈ ਕੇ ਆਏ ਨੇ ਵੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਾਰ ਨਹੀਂ ਦੇਣਾ। ਜਿਸ ਤਰੀਕੇ ਨਾਲ ਬਠਿੰਡੇ ਦੇ ਵਿੱਚ ਏਮਸ ਖੁੱਲ੍ਹਣ ਦੇ ਉੱਤੇ ਆਪਣੀ ਭੈਣ ਜੀ ਨੂੰ ਮੁਬਾਰਕਬਾਦ ਦੇ ਰਹੇ ਸੀ, ਨਾਲ ਦੇ ਨਾਲ ਇਹ ਗੱਲ ਵੀ ਕਹਿ ਰਹੇ ਸੀਗੇ ਕਿ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੀ ਗੱਲਾਂ ਲੋਕ ਸਭਾ ਦੇ ਵਿੱਚ ਰੱਖਦੇ ਸੀ ਨਾ, ਤੇ ਪ੍ਰਧਾਨ ਮੰਤਰੀ ਦੀ ਲੱਤਾਂ ਥਰ ਥਰ ਕੰਬਦੀਆਂ ਸੀ ਕਿ ਅੱਜ ਬੀਬਾ ਕੀ ਬੋਲੇਗੀ। ਯਾਨੀ ਬੀਬੀ ਜੀ ਦਾ ਪੰਜਾਬ ਦਾ ਪੱਖ ਲੋਕ ਸਭਾ ਦੇ ਵਿੱਚ ਰੱਖਣ ਕਰਕੇ, ਔਰ ਕਿਸਾਨਾਂ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਬੀਜੇਪੀ ਦੇ ਕਾਫੀ ਮਜ਼ਾਕ ਉਡਾਇਆ ਕਿ ਵੀ ਇਹਨਾਂ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਤੇ ਹੁਣ ਦਿੱਲੀ ਵਾਲੀ ਪਾਰਟੀ ਨੂੰ ਪੰਜਾਬ ਦੇ ਕਿਸਾਨ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਨੇ, ਇਹਦੇ ਵਿੱਚ ਗਲਤ ਕੀ ਹੈ। ਔਰ ਅੱਗੇ ਚੱਲ ਕੇ ਈਡੀ ਉਡੀ ਦਰ ਡਰ ਦੇ ਬਾਰੇ 'ਚ ਵੀ ਉਹ ਗੱਲ ਕਹਿ ਰਹੇ ਸੀਗੇ ਕਿ ਈਡੀ ਤੋਂ ਸਾਰਿਆਂ ਨੂੰ ਡਰ ਲੱਗਦਾ ਪਰ ਸਾਨੂੰ ਕੋਈ ਡਰ ਨਹੀਂ। ਪਰ ਚਲੋ, ਇਹ ਕੰਪੇਨ ਦੇ ਵਿੱਚ ਕਈ ਵਾਰ ਘੱਟ ਵੱਧ ਬੋਲਿਆ ਜਾਂਦਾ ਹੈ, ਤੇ ਕਈ ਵਾਰ ਘੱਟ ਵੱਧ ਬੋਲਿਆ ਹੋਇਆ ਅੱਗੇ ਚੱਲ ਕੇ ਪਰੇਸ਼ਾਨ ਵੀ ਕਰਦਾ ਹੈ। ਅੱਗੇ ਦੀ ਗੱਲ ਅੱਗੇ ਕਰਾਂ। ਚਲੋ ਭਾਸਕਰ ਸਾਹਿਬ, ਬਹੁਤ ਹੀ ਤੁਸੀਂ ਅਹਿਮ ਦ੍ਰਿਸ਼ਟੀਕੋਣ ਆਪਣਾ ਪੇਸ਼ ਕੀਤਾ। ਸੋ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ, ਉਹਨਾਂ ਦੇ ਹਰ ਵਿਚਾਰ ਦਾ ਸਵਾਗਤ ਹੈ। ਤੁਸੀਂ ਸਾਡੇ ਨਾਲ ਆਪਣਾ ਵਿਚਾਰ ਸਾਂਝਾ ਕਰ ਸਕਦੇ ਹੋ, ਅਸੀਂ ਤੁਹਾਡਾ ਵਿਚਾਰ ਅੱਗੇ ਵਧਾਵਾਂਗੇ। ਭਾਸਕਰ ਸਾਹਿਬ, ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਪਰ ਅਖੀਰ 'ਚ ਇੱਕ ਵਾਰੀ ਜ਼ਰੂਰ ਸੁਣਾ ਦਈਏ ਕਿਸਾਨਾਂ ਦੀ ਗੱਲ। ਬਲਵੀਰ ਸਿੰਘ ਰਾਜੇਵਾਲ ਔਰ ਕਾਦੀਆਂ ਸਾਹਿਬ ਦੀ ਗੱਲ ਅਸੀਂ ਅਖੀਰ 'ਚ ਇੱਕ ਵਾਰੀ ਸੁਣਾ ਦਿਆਂਗੇ ਵਿਦਾ ਲੈਣ ਤੋਂ ਬਾਅਦ, ਕਿ ਜਦੋਂ ਚੋਣ ਕਮਿਸ਼ਨ ਨੂੰ ਮਿਲੇ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ, ਤੇ ਉਹਨਾਂ ਨੇ ਕਿਹੜੀ ਕਿਹੜੀ ਗੱਲ ਆਪਣੀ ਸਫਾਈ ਦੇ ਵਿੱਚ ਕਹੀ ਹੈ? ਬਹੁਤ ਬਹੁਤ ਧੰਨਵਾਦ ਭਾਸਕਰ ਸਾਹਿਬ। ਧੰਨਵਾਦ ਜੀ। ਪਿਛਲੇ ਦਿਨੀ ਇੱਥੇ ਇੱਕ ਬੀਜੇਪੀ ਦਾ ਡੈਲੀਗੇਸ਼ਨ ਆ ਕੇ ਮੁੱਖ ਚੋਣ ਕਮਿਸ਼ਨਰ ਨੂੰ ਮਿਲਿਆ। ਉਹਨਾਂ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਕੋਈ ਇਲੈਕਸ਼ਨ ਦੀ ਮੁਹਿੰਮ ਚਲਾਉਣ ਨਹੀਂ ਦਿੰਦਾ। ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਇਹ ਕੋਈ ਮਨਸ਼ਾ ਨਹੀਂ, ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਨੇ ਆ, ਪਹਿਲੀ ਵਾਰੀ ਹੋਇਆ, ਸਾਡਾ ਡੈਮੋਕ੍ਰੇਟਿਕ ਰਾਈਟ ਹੈ ਵੀ ਅਸੀਂ ਉਹਨਾਂ 'ਤੇ ਸਵਾਲ ਕਰੀਏ ਪਿਛੋਕੜ ਤੁਹਾਡਾ ਕੀ ਹੈ, ਅੱਗੇ ਤੁਸੀਂ ਕੀ ਕਰੋਗੇ, ਜੋ ਕੁਛ ਤੁਸੀਂ ਸਾਡੇ ਨਾਲ ਕਰਦੇ ਰਹੇ ਹੋ ਕੀ ਇਸੇ ਤਰ੍ਹਾਂ ਕਰੋਗੇ ਜਿੱਦਾਂ ਦਾ ਤੁਹਾਡਾ ਬਿਹੇਵੀਅਰ ਹੈ। ਅਤੇ ਅਸੀਂ ਇਹਨੂੰ ਇਹਨਾਂ ਦੇ ਧਿਆਨ 'ਚ ਲਿਆਂਦਾ ਵੀ ਅਸਲੀਅਤ ਇਹ ਹੈ ਵੀ ਉਹ ਨਾਲ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ 'ਚ ਲੈ ਕੇ ਤੁਰਦੇ ਆ, ਇਹ ਨਾਲ ਉਹਨਾਂ ਦੇ ਜਿਹੜਾ ਖਰੂਦੀ ਕਿਸਮ ਦਾ ਜਿਹੜਾ ਉਹਨਾਂ ਦਾ ਹੈਗਾ ਅਮਲਾ ਫੈਲਾ ਉਹ ਤੁਰਦਾ। ਜੇ ਅੱਗੇ ਹੋ ਕੇ ਲੋਕ ਨਾ ਘੇਰ ਕੇ ਸਵਾਲ ਕਰਨ ਤਾਂ ਉਹ ਖੜਦੇ ਹੀ ਨਹੀਂ, ਮਿੱਟੀ ਪਾ ਕੇ ਲੋਕਾਂ ਦੇ ਉੱਤੇ ਸਵਾਲਾਂ ਤੋਂ ਬਚਦੇ ਹੈ। ਲੋਕਾਂ ਦਾ
ਲੋਕ ਅਧਿਕਾਰ ਹੈ, ਲੋਕ ਸਵਾਲ ਕਰਨ ਪੁੱਛ ਸਕਦੇ ਆ ਉਹਨਾਂ ਨੂੰ ਆਪਣਾ। ਇਹ ਪਹਿਲੀ ਵਾਰੀ ਹੋ ਰਿਹਾ, ਇਹ ਦੇਸ਼ ਦੀ ਡੈਮੋਕ੍ਰੇਸੀ ਦੇ ਹਿੱਤ 'ਚ ਹੈ ਵੀ ਲੋਕ ਸਵਾਲ ਕਰਨ ਲੱਗੇ। ਅੱਜ ਤੱਕ ਕਦੀ ਨਹੀਂ ਸੀ ਹੋਇਆ, ਹੁਣ ਤੱਕ ਤਾਂ ਲੋਕ ਹੱਥ ਬੰਨ੍ਹ ਕੇ ਖੜ੍ਹਦੇ ਹੁੰਦੇ ਸੀ ਅੱਗੇ ਇਹਨਾਂ ਦੇ ਜਦੋਂ ਨੁਮਾਇੰਦੇ ਆਉਂਦੇ ਸੀ, ਅਤੇ ਜਦੋਂ ਰਾਜ ਭਾਗ ਮਿਲ ਗਿਆ ਫਿਰ 5 ਸਾਲ ਲੋਕਾਂ 'ਤੇ ਚੰਮਦੀਆਂ ਚਲਾਉਂਦੇ ਸੀ। ਅਸੀਂ ਇਹਨਾਂ ਨੂੰ ਕਿਹਾ ਸੀ ਯਕੀਨ ਦਿਵਾਉਣ ਆਏ ਹਾਂ, ਅਸੀਂ ਪੂਰੀ ਤਰ੍ਹਾਂ ਪੀਸਫੁੱਲ ਰਹਾਂਗੇ, ਸਾਡਾ ਕਿਸੇ ਨੂੰ ਕੋਈ ਇੱਦਾਂ ਖੱਜਲ ਖੁਆਰ ਕਰਨ ਦਾ ਕੋਈ ਮਨਸ਼ਾ ਨਹੀਂ। ਪਰ ਇਹ ਵੀ ਰੋਕੋ ਵੀ ਜੇ ਚੀਫ ਮਿਨਿਸਟਰ ਜਾਂਦਾ ਹੈ ਉੱਥੇ ਕਿਸਾਨਾਂ ਨੂੰ ਸਾਰੀ ਦਿਹਾੜੀ ਫੜ ਕੇ ਥਾਣਿਆਂ 'ਚ ਬੰਦ ਕਰਕੇ ਬਿਠਾ ਦਿੰਦੇ ਨੇ, ਸ਼ਾਮ ਨੂੰ ਉਹਨਾਂ ਨੂੰ ਛੱਡ ਦਿੰਦੇ ਨੇ, ਅਤੇ ਸਾਡੇ ਜਿਹੜੇ ਡੈਮੋਕ੍ਰੈਟਿਕ ਰਾਈਟਸ ਨੇ ਉਹਨਾਂ 'ਤੇ ਛਾਪਾ ਨਾ ਮਾਰੋ, ਉਹ ਵੀ ਰੋਕੋ। ਅਸੀਂ ਪੀਸ, ਸਾਡੀ ਸਟੇਟ ਹੈ, ਇਹਨੂੰ ਪੀਸਫੁੱਲ ਰੱਖਣ ਦੀ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ। ਜੇ ਕੋਈ ਗੜਬੜ ਹੋਏਗੀ ਤਾਂ ਇਹਨਾਂ ਦੇ ਪਾਠ 'ਤੇ ਹੋਏਗੀ, ਸਾਡੇ ਪਾਠ 'ਤੇ ਨਹੀਂ ਹੋਏਗੀ। ਅਸੀਂ ਇਹ ਅੱਜ ਮੈਮੋਰੈਂਡਮ ਦੇ ਕੇ, ਹਰਮੀਤ ਸਿੰਘ ਤੁਸੀਂ ਜਿਹੜੀਆਂ ਪਾਰਟੀ ਨੇ ਆ ਕੇ ਕਿਹਾ ਵੀ ਇਹ ਖਰੂਦ ਕਰਦੇ ਨੇ ਹੋਰ ਨੇ, ਅਸੀਂ ਕਹਿੰਦੇ ਹਾਂ ਪੰਜਾਬ ਸਾਡਾ ਸ਼ਾਂਤਮਈ ਰੱਖਣਾ ਚਾਹੁੰਦੇ ਹਾਂ, ਲਾਅ ਐਂਡ ਆਰਡਰ ਮੇਨਟੇਨ ਰੱਖਣਾ ਚਾਹੁੰਦੇ ਹਾਂ। ਅਸੀਂ ਸਿਰਫ ਆਪਣੇ ਜਿਹੜੇ ਹੱਕ ਆ ਉਹ ਡਿਬੇਟ ਲੈਵਲ ਦੇ ਉੱਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ, ਇਹ ਭੱਜ ਕਿਉਂ ਰਹੇ ਨੇ, ਇਹ ਆਂਸਰ ਦੇਣ ਨੂੰ ਕਿਉਂ ਭੱਜ ਰਹੇ ਆ, ਇਹ ਗੱਡੀਆਂ 'ਚ ਆ ਕੇ ਧੂੜ ਮਚਾ ਕੇ ਲੋਕਾਂ ਦੇ ਕੋਲੋਂ ਕਿਉਂ ਨਿਕਲਦੇ ਆ, ਜੇ ਉਹਨਾਂ ਦੀ ਵੋਟ ਮੰਗਣਾ ਚਾਹੁੰਦੇ, ਉਹਨਾਂ ਦਾ ਦਿਲ ਜਿੱਤਣਾ ਚਾਹੁੰਦੇ, ਉਹਨਾਂ ਨੂੰ ਖੜ ਕੇ ਉਹਨਾਂ ਦੀ ਗੱਲ ਸੁਣ ਵੀ ਕੀ ਨਹੀਂ ਕੀਤਾ, ਕੀ ਅੱਗੇ ਹੋ ਸਕਦਾ, ਇਹਨਾਂ ਨੂੰ ਵੱਧ ਵਧੀਆ ਰਿਜ਼ਲਟ ਇਹਨਾਂ ਨੂੰ ਪੋਲੀਟੀਕਲ ਪਾਰਟੀ ਨੂੰ ਜ਼ਿਆਦਾ ਮਿਲ ਸਕਦਾ। ਪਰਕਾਦੀਆਂ ਸਾਹਿਬ ਇੱਕ ਚੀਜ਼ ਹੈ ਕਿ ਜਿਹੜੇ ਪਿੰਡ ਜਾਣਗੇ ਉਹ ਹਰ ਪਿੰਡ ਆਪਣਾ ਸਵਾਲ ਪੁੱਛੂਗਾ ਜੀ, ਹਰ ਪਿੰਡ ਦੀ ਅਲੱਗ ਪ੍ਰੋਬਲਮ ਆ, ਜਿਵੇਂ ਫਾਜ਼ਿਲਕਾ ਦੀ ਸੀ ਲੀਡਰ ਵੱਖਰੋ ਵੱਖਰੀ ਜਾਂਦੇ, ਅਲੱਗ ਅਲੱਗ ਜਿਹੜੇ ਪਿੰਡ ਆਪਣੇ ਲੋਕ ਨੇ, ਪਿੰਡ ਸੁਚੇਤ ਹੋ ਚੁੱਕੇ ਨੇ, ਜਾਗਰੂਕ ਹੋ ਚੁੱਕੇ ਆ ਲੋਕ, ਲੋਕ ਜਿਹੜਾ ਵੱਡਾ ਅੰਦੋਲਨ ਕਿਸਾਨ ਅੰਦੋਲਨ ਤੋਂ ਬਾਅਦ ਲੋਕ ਜਾਗਰੂਕ ਹੋ ਚੁੱਕੇ ਆ। ਆਪਦੀ ਪਿੰਡ ਦੀ ਪ੍ਰੋਬਲਮ ਤੁਸੀਂ ਦੱਸਦੇ ਆ, ਜਿੱਥੇ ਨੈਸ਼ਨਲ ਜਾਂ ਸਟੇਟ ਲੈਵਲ ਪ੍ਰੋਬਲਮ ਦੱਸਦੇ ਆ, ਪਿੰਡਾਂ ਦੀ ਪ੍ਰੋਬਲਮ ਹੀ ਆ। ਜਿਹੜੀ ਹੁਣ ਫਾਜ਼ਿਲਕਾ ਦੀ ਗੱਲ ਆਈ ਸੀ, ਵੱਡੇ ਸਮੇਂ ਤੋਂ ਉੱਥੇ ਨਹਿਰ ਬੰਦ ਆ, ਬਾਗ ਸੁੱਕ ਰਹੇ ਨੇ, ਕੀ ਉਹ ਆਪਣੀ ਗੱਲ ਨਹੀਂ ਪੁੱਛ ਸਕਦੇ ਸੀ ਐਮ ਨੂੰ, ਤੁਸੀਂ ਪਾਣੀ ਕਹਿੰਦੇ ਸੀ ਆਇਆ ਕੰਢੀ ਦੇ, ਤੇ ਕੰਢੀ ਦੇ ਪਾਣੀ ਨਹੀਂ ਪਹੁੰਚਿਆ, ਜਿਨ੍ਹਾਂ ਦੀ ਫਸਲਾਂ ਮਰ ਰਹੀਆਂ ਨੇ ਨਰਮੇ ਲਾਉਣ ਤੋਂ ਰਹੇ ਨੇ, ਉਹ ਆਪਣੇ ਸਵਾਲ ਪੁੱਛ ਸਕਦੇ ਆ, ਨਹੀਂ ਪੁੱਛ ਸਕਦੇ।